ਬਾਈ ਆ ਤੇ ਮੇਰੇ ਨਾਲ ਨੇ ਸਤਿੰਦਰ ਕੌਰ ਵਡਿਆਲ ਸਤਿੰਦਰ ਕੌਰ ਵਡਿਆਲ ਜੀ ਅੱਜ ਅਸੀਂ ਦੋਨੋਂ ਪਹਿਲੀ ਵਾਰੀ ਇਕੱਠੇ ਹੋਏ ਆ ਹਾਂਜੀ ਤੇ ਮੈਂ ਵੀ ਕਾਫੀ ਟਾਈਮ ਬਾਅਦ ਵਾਪਸ ਆਈ ਆ ਤੇ ਹੋਪ ਹੈ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਕਰਮਜੀਤ ਜੀ ਹੋਣਾ ਤੋਂ ਬਿਨਾ ਵੀ ਉਹੀ ਰੰਗ ਬੰਨ ਲਾਂਗੇ ਅਸੀਂ ਹਾਂਜੀ ਹਾਂਜੀ ਕੋਸ਼ਿਸ਼ ਤਾਂ ਕਰਾਂਗੇ ਨਾ ਪੂਰੀ ਕਰਾਂਗੇ ਜੀ ਬਿਲਕੁਲ ਅੱਜ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਕਿ ਇਦਾਂ ਨਾ ਲੱਗੇ ਬਹੁਤ ਬਹੁਤ ਜੀ ਉਹਨਾਂ ਦੀ ਰੌਣਕ ਵਾਧੂ ਸੀ ਬਿਲਕੁਲ ਉਹਨਾਂ ਦੀ ਰੌਣਕ ਤੇ ਉਹਨਾਂ ਦੀ ਗੱਲਬਾਤ ਜਿਹੜੀ ਸੀ ਉਹ ਬਿਲਕੁਲ ਅਲੱਗ ਸੀਗੀ ਹਾਂਜੀ ਤੇ ਅੱਜ ਮੈਂ ਉਹਨਾਂ ਦੀ ਜਗ੍ਹਾ ਤੇ ਕਾਫੀ ਟਾਈਮ ਬਾਅਦ ਆਈ ਹਾਂ ਅੱਗੇ ਅਸੀਂ ਦੋਨੋਂ ਇਕੱਠੇ ਪ੍ਰੋਗਰਾਮ ਕਰਦੇ ਹੁੰਦੇ ਸੀ ਜੀ ਜੀ ਹਾਂਜੀ ਤੇ ਤੁਸੀਂ ਸਾਡੇ ਨਾਲ ਜੁੜਨਾ ਹੈ ਜੀ ਪ੍ਰੋਗਰਾਮ ਉਹੀ ਹੈ ਜਿਹੜਾ ਤੁਸੀਂ ਹਮੇਸ਼ਾ ਦੇਖਦੇ ਹੋ ਨੰਬਰ ਵੀ ਉਹੀ ਹੈ ਪਰ ਫਿਰ ਵੀ ਮੈਂ ਰਿਪੀਟ ਕਰ ਦਿੰਦੀ ਹਾਂ ਨੰਬਰ ਹੈਗਾ 647-710-1575 6477101575 ਜਦ ਤੱਕ ਤੁਸੀਂ ਸਾਨੂੰ ਫੋਨ ਕਰਦੇ ਹੋ ਅਸੀਂ ਥੋੜ੍ਹਾ ਜਿਹਾ ਇੱਕ ਦੂਜੇ ਨੂੰ ਜਾਣ ਲਈਏ ਕਿਉਂਕਿ ਅਸੀਂ ਕਦੀ ਮਿਲੇ ਨਹੀਂ ਹਾਂਜੀ ਤੇ ਸਤਿੰਦਰ ਜੀ ਤੁਸੀਂ ਇੱਥੇ ਕਿੰਨਾ ਟਾਈਮ ਹੋ ਗਿਆ ਆਇਆਂ ਨੂੰ ਸਾਨੂੰ ਇੱਥੇ ਹੁਣ ਮੋਰੇ ਮਈ ਚ 5 ਸਾਲ ਹੋ ਜਾਣੇ ਆ 5 ਸਾਲ ਹੋ ਜਾਣੇ ਕਿੱਦਾਂ ਦਾ ਲੱਗਿਆ ਕੈਨੇਡਾ ਵਧੀਆ ਲੱਗਿਆ ਵਧੀਆ ਲੱਗਿਆ ਵਧੀਆ ਲੱਗਿਆ ਆਪਣੇ ਪੰਜਾਬ ਨੂੰ ਮਿਸ ਕਰਦੇ ਹੋ ਮਿਸ ਤਾਂ ਕਰਦੇ ਆ ਜੋ ਕੁਝ ਉੱਥੇ ਆ ਉਹ ਇੱਥੇ ਹੈ ਨਹੀਂ ਜੋ ਇੱਥੇ ਆ ਉਹ ਉੱਥੇ ਹੈ ਨਹੀਂ ਹਨਾ ਹਾਂਜੀ ਰਣਜੀਤ ਕੌਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਕੀ ਸੁਣਾਉਣਾ ਚਾਹੋਗੇ ਤੁਸੀਂ ਅੱਜ ਸਾਨੂੰ ਮੈਂ ਬੋਲੀਆਂ ਪਾ ਦਾਂ ਦੋ ਮੈਂ ਕਿਹਾ ਜੀ ਜ਼ਰੂਰ ਤੁਸੀਂ ਸ਼ੁਰੂਆਤ ਕਰੋ ਪ੍ਰੋਗਰਾਮ ਦੀ ਬੋਲੀਆਂ ਨਾਲ ਤਾਂ ਕਿ ਰੰਗ ਬੰਨਿਆ ਜਾਏ ਪੂਰਾ ਸੋਹਣੀ ਕੁੜੀਏ ਮਛਲੀ ਵਾਲੀਏ ਸੋਹਣੀ ਕੁੜੀਏ ਮਛਲੀ ਵਾਲੀਏ ਮਛਲੀ ਨਾ ਚੁਮਕਾਈਏ ਖੂਬੇ ਤੇ ਹੋਵੇ ਚਰਚਾ ਚਰਚਾ ਨਾ ਕਰਵਾਈਏ ਵਿੱਚ ਦੀ ਮੁੰਡਿਆਂ ਦੇ ਸੱਪ ਬਣ ਕੇ ਲੰਘ ਜਾਈਏ ਵਿੱਚ ਦੀ ਮੁੰਡਿਆਂ ਦੇ ਸੱਪ ਬਣ ਕੇ ਲੜ ਜਾਈਏ ਵਿੱਚ ਦੀ ਮੁੰਡਿਆਂ ਦੇ ਸੱਪ ਬਣ ਕੇ ਲੜ ਜਾਈਏ ਵਿੱਚ ਦੀ ਮੁੰਡਿਆਂ ਦੇ ਹੋਰ ਸੁਣਾਓ ਜੀ ਕਿਹੜੀ ਸੁਣਾਉਣੀ ਚਾਹੁੰਦੇ ਆ ਹੋਰ ਸੁਣਾ ਮੈਂ ਹਾਂਜੀ ਬੋਲੀ ਸੁਣ ਬੇ ਮੁੰਡਿਆ ਕੈਂਠੇ ਵਾਲਿਆ ਸੁਣ ਬੇ ਮੁੰਡਿਆ ਕੈਂਠੇ ਵਾਲਿਆ ਕੈਂਠਾ ਰੋਗਨ ਕੀਤਾ ਬੇ ਮੈਂ ਤਾਂ ਤੈਨੂੰ ਖੜੀ ਅੜੀਕਾਂ ਅੱਛਾ ਚੁੱਪ ਕੀਤਾ ਜੋੜੀ ਨਾ ਬਣਦੀ ਪਾਪ ਜਿਨ੍ਹਾਂ ਨੇ 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 ਕੀਤਾ ਜੋੜੀ ਨਾ ਬਣਦੀ ਹੋਰ ਕੁਛ ਸੁਣਾਉਣਾ ਚਾਹੋਗੇ ਕੋਈ ਬੋਲੀ ਕੋਈ ਬੁਝਾਰਤ ਕੋਈ ਚੁਟਕਲਾ ਜਾਂ ਕੁਛ ਹੋਰ ਇੱਕ ਮੈਨੂੰ ਬੁਝਾਰਤ ਆਉਂਦੀ ਆ ਸੁਣਾ ਮੈਂ ਹਾਂਜੀ ਸੁਣਾਓ ਮੈਂ ਲਿਖਦੀ ਨਾਲ ਨਾਲ ਦੱਸੋ ਊਠ ਚੜੇਂਦੀ ਏ ਨਕੇਲ ਫੜੇਂਦੀ ਏ ਊਠ ਨਕੇਲੜ ਤੇ ਹਾਂ ਊਠ ਚੜੇਂਦੀ ਏ ਨਕੇਲ ਫੜੇਂਦੀ ਏ ਹਾਂ ਹਾਂ ਨਕੇਲੜ ਤੇਰਾ ਕੀ ਲੱਗਦਾ ਨਕੇਲੜ ਤੇਰਾ ਕੀ ਲੱਗਦਾ ਉਹਦਾ ਤਾਂ ਮੈਂ ਨਾਂ ਨਾ ਜਾਣਾ ਹਾਂ ਹਾਂ ਮੇਰਾ ਨਾਂ ਆ ਜੀ ਆ ਉਹਦਾ ਤਾਂ ਮੈਂ ਨਾਂ ਨਾ ਜਾਣਾ ਮੇਰਾ ਨਾਂ ਅੰਜੇ ਆ ਉਹਦੀ ਸੱਸ ਮੇਰੀ ਸੱਸ ਦੋਨੇ ਮਾਵਾਂ ਧੀਆਂ ਅੱਛਾ ਉਹਦੀ ਸੱਸ ਮੇਰੀ ਸੱਸ ਦੋਵੇਂ ਮਾਵਾਂ ਧੀਆਂ ਹਾਂਜੀ ਹਾਂਜੀ ਮੈਂ ਦੱਸ ਦੋ ਆਪਾਂ ਉਹਦੀ ਸੱਸ ਮੇਰੀ ਸੱਸ ਦੋਨੇ ਮਾਵਾਂ ਧੀਆਂ ਠੀਕ ਹੈ ਜੀ ਦੇਖਦੇ ਆ ਸਾਡੇ ਕਾਲਰ ਕਿਹੜੇ ਜਵਾਬ ਦਿੰਦੇ ਆ ਪਹਿਲਾਂ ਇਸ ਬੁਝਾਰਤ ਦਾ ਆ ਬਾਅਦ ਚ ਅਸੀਂ ਦੱਸ ਦਾਂਗੇ ਬਾਅਦ ਚ ਅੱਜ ਤੂੰ ਮੈਨੂੰ ਮਾਰ ਪਵਾਈ ਨਣ ਦੇ ਅੱਜ ਤੂੰ ਮੈਨੂੰ ਮਾਰ ਪਵਾਈ ਨਣ ਦੇ ਨੀਨਣਾਨੇ ਬੇਈਮਾਨੇ ਨੀਨਣਾਨੇ ਬੇਈਮਾਨੇ ਅੱਖਾਂ ਫੇਰ ਗਈ ਰਕਾਨੇ ਅੱਖਾਂ ਫੇਰ ਗਈ ਰਕਾਨੇ ਕਹੀ ਵੀਰ ਨੂੰ ਕਹੀ ਵੀਰ ਨੂੰ ਕਸੂਤੀ ਲੁੱਤੀ ਲਾਈ ਨਣ ਦੇ ਅੱਜ ਤੈ ਮੈਨੂੰ ਮਾਰ ਪੁਆਈ ਨਣ ਦੇ ਅੱਜ ਤੈ ਮੈਨੂੰ ਮਾਰ ਪੁਆਈ ਨਣ ਦੇ ਅੱਜ ਤੈ ਮੈਨੂੰ ਮਾਰ ਪੁਆਈ ਨਣ ਦੇ
ਤੂੰ ਹੀ ਖਿੱਚ ਤੋ ਕੇ ਮੈਨੂੰ ਤੀਆਂ ਵਿੱਚ ਲੈ ਕੇ ਗਈ ਨੀ, ਤੂੰ ਹੀ ਖਿੱਚ ਤੂੰ ਕੇ ਮੈਨੂੰ ਤੀਆਂ ਵਿੱਚ ਲੈ ਕੇ ਗਈ ਨੀ, ਸੰਗ ਦੀ ਸਗਾਉਂਦੀ ਨੀ ਮੈਂ ਪੀਂਘ ਝੂਟ ਲਈ ਨੀ, ਸੰਗ ਦੀ ਸਗਾਉਂਦੀ ਨੀ ਮੈਂ ਪੀਂਘ ਝੂਟ ਲਈ ਨੀ, ਪੀਂਘ ਚੜ ਗਈ ਹੁਲਾਰੇ ਸਿਰੋਂ ਚੁੰਨੀ ਲੱਥ ਗਈ, ਪੀਂਘ ਚੜ ਗਈ ਹੁਲਾਰੇ ਸਿਰੋਂ ਚੁੰਨੀ ਲੱਥ ਗਈ, ਪਿੰਡ ਸਾਰਿਆਂ ਦਾ ਮੱਚ ਗਈ ਦੁਹਾਈ ਨਾਣ ਦੇ, ਅੱਜ ਤੂੰ ਮੈਨੂੰ ਮਾਰ ਪਵਾਈ ਨਣ ਦੇਣੀ, ਅੱਜ ਤੂੰ ਮੈਨੂੰ ਮਾਰ ਪਵਾਈ ਨਣ ਦੇਣੀ, ਅੱਜ ਤੂੰ ਮੈਨੂੰ ਮਾਰ ਪਵਾਈ ਨਣ ਦੇ, ਤੂੰ ਮੈਨੂੰ ਮਾਰ ਪਵਾਈ ਨਣ ਦੇ, ਕਿਸੇ ਜਾ ਕੇ ਦਿੱਤੀ ਡਾਰ ਖੰਭਾਂ ਦੀ ਬਣਾ, ਕਿਸੇ ਜਾ ਕੇ ਦਿੱਤੀ ਡਾਰ ਖੰਭਾਂ ਦੀ ਬਣਾ, ਨੀਂ ਦਿੱਤਾ ਲੂਣ ਸੇਮੀਆਂ ਚ ਪਾ, ਨੀਂ ਦਿੱਤਾ ਲੂਣ ਸੇਮੀਆਂ ਚ ਪਾ, ਪੂਰੇ ਪੰਜ ਦਿਨ ਹੋਏ ਸਾਨੂੰ ਰੁੱਸਿਆਂ ਨੂੰ, ਪੂਰੇ ਪੰਜ ਦਿਨ ਹੋਏ ਸਾਨੂੰ ਰੁੱਸਿਆਂ ਨੂੰ, ਸਾਡੀ ਕਿਸੇ ਨਾ ਕਰਾਈ ਸੀ ਨੀ ਸੂਲਾ ਨਣ ਦੇ, ਅੱਜ ਤੂੰ ਮੈਨੂੰ ਮਾਰ ਪਵਾਈ ਨਣ ਦੇ, ਅੱਜ ਤੂੰ ਮੈਨੂੰ ਮਾਰ ਪਵਾਈ ਨਣ ਦੇ, ਅੱਜ ਤੂੰ ਮੈਨੂੰ ਮਾਰ ਪਵਾਈ ਨਣ ਦੇ, ਨੀ ਤੂੰ ਭੈਣੇ ਉਪਰਾ ਮੈਂ ਬਗਾਨਿਆਂ ਦੀ ਧੀ, ਨੀ ਤੂੰ ਭੈਣੇ ਉਪਰਾ ਮੈਂ ਬਗਾਨਿਆਂ ਦੀ ਧੀ, ਹੁੰਦਾ ਸਾਰਿਆਂ ਦਾ ਇੱਕੋ ਜਿਹਾ ਜੀ ਨਣ ਦੇ, ਹੁੰਦਾ ਸਾਰਿਆਂ ਦਾ ਇੱਕੋ ਜਿਹਾ ਜੀ ਨਣ ਦੇ, ਅੱਜ ਤੂੰ ਮੈਨੂੰ ਮਾਰ ਪਵਾਈ ਨਣ ਦੇ, ਅੱਜ ਤੂੰ ਮੈਨੂੰ ਮਾਰ ਪਵਾਈ ਨਣ ਦੇ, ਅੱਜ ਤੂੰ ਮੈਨੂੰ ਮਾਰ ਪਵਾਈ ਨਣ ਦੇ, ਨੀ ਨਣਾਨੇ ਬੇਈ ਮਨ, ਨੀ ਨਣਾਨੇ ਬੇਈ ਮਨ, ਅੱਖਾਂ ਫੇਰ ਗਈ ਰੁਕਾਨੇ ਕਹੀ ਵੀਰ ਨੂੰ, ਕਹੀ ਵੀਰ ਨੂੰ ਕਸੂਤੀ ਲੋਤੀ ਲਾਈ ਨਣ ਦੇ, ਅੱਜ ਤੂੰ ਮੈਨੂੰ ਮਾਰ ਪਵਾਈ ਨਣ ਦੇ, ਅੱਜ ਤੂੰ ਮੈਨੂੰ ਮਾਰ ਪਵਾਈ ਨਣ ਦੇ, ਅੱਜ ਤੂੰ ਮੈਨੂੰ ਮਾਰ ਪਵਾਈ ਨਣ ਦੇ, ਬਹੁਤ ਸੋਹਣਾ ਬਹੁਤ ਸੋਹਣਾ ਗਾਇਆ ਤੁਸੀਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਬਸ ਵਧੀਆ ਠੀਕ ਠਾਕ, ਤੁਸੀਂ ਸੁਣਾਓ? ਮੈਨੂੰ ਲੱਗਦਾ ਵੀ ਤੁਸੀਂ ਉਹ ਜਿਹੜੇ ਕਹਿੰਦੇ ਸੀ ਟਰੱਕ ਤੇ ਚਲੇ ਗਏ ਉਹ ਨੀ ਬੈਠੇ? ਵਧੀਆ ਸਗਾ, ਤੇ ਉਹ ਦੂਜੇ ਭੈਣ ਜੀ ਤਾਂ ਚਲੇ ਗਏ, ਤੇ ਇਹ ਵੀ ਬੈਠੇ, ਐਂ ਲੱਗਦਾ ਜਿਵੇਂ ਕਰਮਜੀਤ ਭੈਣ ਜੀ ਬੈਠੇ ਹੁੰਦੇ ਆ। ਕੋਈ ਆਵਾਜ਼ ਨੀ ਸੁਣਦੀ ਗੀ, ਐਵੇਂ ਟੁੱਟਵੀਂ ਜੀ ਆਵਾਜ਼ ਆਉਂਦੀ ਆ, ਪਤਾ ਨੀ ਫੋਨ ਇਹਦੇ ਚ ਸਾਡੇ ਟੀਵੀ ਚ ਨੁਕਸ ਆ ਜਾਂ ਇੱਥੋਂ ਕੋਈ ਨੁਕਸ ਆ। ਤੇ ਉਹ ਬੁਝਾਰਤ ਪਾਈ ਸੀ ਨਾ ਭੈਣ ਜੀ ਨੇ, ਉਹ ਮੈਂ ਅੰਦਾਜ਼ਾ ਜਿਹਾ ਹੀ ਲਾਇਆ ਵੀ ਉਹ ਸੀ ਕਿ ਮੇਰਾ ਨਾਂ ਹੈ ਜੀਆਂ, ਬਸ ਇੰਨਾ ਕਿ ਮੈਨੂੰ ਸੁਣਿਆ। ਉਹਦਾ ਜਵਾਬ ਮੈਂ ਦੇਣਾ, ਨਹੀਂ ਉਹ ਮੈਨੂੰ ਪਤਾ, ਬਾਤ ਦਾ ਪਤਾ, ਬਸ ਉੱਥੋਂ ਮੈਂ ਅੰਦਾਜ਼ਾ ਲਾ ਲਿਆ। ਤੇ ਉਹਦਾ ਜਵਾਬ ਹੈਗਾ ਨੂੰ ਸਹੁਰਾ, ਨੂੰ ਸਹੁਰਾ। ਹਾਂਜੀ ਠੀਕ ਆ। ਤੇ ਉਹ ਨਾ ਜਿਹੜੀ ਹੈ ਤੁਸੀਂ ਆ ਗਾਣਾ ਸੁਣੀ ਜਾਂਦੇ ਹੁਣ ਫੋਨ ਦੇ ਉੱਤੇ ਤਾਂ ਵਧੀਆ ਆਵਾਜ਼ ਆਈ ਗਈ ਹੈ, ਤੇ ਪਰ ਟੀਵੀ ਤੇ ਆਵਾਜ਼ ਨੀ ਆਉਂਦੀ, ਤੁਸੀਂ ਇੱਥੋਂ ਵੇਖ ਲਓ, ਸ਼ਾਇਦ ਕੋਈ ਇਸੇ ਤੁਹਾਡੇ ਕੋਲੇ ਨਾ ਖਰਾਬੀ ਹੋਵੇ। ਟੁੱਟਵੀਂ ਜੀ ਆਵਾਜ਼ ਆਉਂਦੀ ਹੈ, ਟੁੱਟਵੀਂ ਜੀ ਉਹਨਾਂ ਨੇ ਸੁਣ ਲਿਆ ਆ, ਆਲਰੇਡੀ ਚੈੱਕ ਕਰਨ ਲੱਗ ਪਏ ਨੇ। ਤੁਸੀਂ ਇਹ ਦੱਸੋ ਤੁਸੀਂ ਸੁਣਾਉਣਾ ਕੀ ਅੱਜ? ਮੈਂ ਕੀ ਸੁਣਾਉਣਾ, ਮੈਨੂੰ ਤਾਂ ਮੈਂ ਕੋਈ ਤਿਆਰੀ ਕਰਕੇ ਨੀ ਬੇਟੀ, ਕੀ ਸੁਣਾਵਾਂ, ਤੁਸੀਂ ਦੱਸ ਦਿਓ ਵੀ ਕੀ ਸੁਣਾ ਦਿਆ, ਜਾਂ ਐਂ ਕਰਦੀ ਆ ਫਿਰ ਬੁਝਾਰਤ ਪਾ ਦਿੰਨੀ ਆ। ਓਕੇ ਚਲੋ ਬੁਝਾਰਤ ਪਾ ਦਿਓ। ਆਸ ਪੁੱਛੇ ਰਾਸ ਨੂੰ ਸਿਰ ਹੈ ਨੀ ਕੰਨ ਕਾਸ ਨੂੰ, ਆਸ ਪੁੱਛੇ ਰਾਸ ਨੂੰ ਸਿਰ ਹੈ ਨੀ ਕੰਨ ਕਾਸ ਨੂੰ, ਸਿਰ ਹੈ ਨੀ ਕੰਨ ਕਾਸ ਨੂੰ। ਠੀਕ ਹੈ ਜੀ, ਦੇਖਦੇ ਆ ਕੌਣ ਜਵਾਬ ਦਿੰਦਾ ਆ। ਅੱਛਾ ਜੀ, ਓਕੇ ਜੀ, ਥੈਂਕ ਯੂ, ਓਕੇ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਤੁਸੀਂ ਇਹ ਗਾਣੇ ਕਿੱਥੋਂ ਸਿੱਖੇ ਆ? ਵੈਸੇ ਜਿੱਦਾਂ ਮੈਂ ਨੂੰ ਰਣਜੀਤ ਕੌਰ ਦੇ ਤੇ ਆਪਣੇ ਸੁਰਿੰਦਰ ਕੌਰ ਦੇ ਮੈਨੂੰ ਬਹੁਤ ਪਸੰਦ ਹੈ, ਮੈਂ ਪਹਿਲਾਂ ਤਾਂ ਗੁਣਗੁਣਾਉਂਦੀ ਰਹਿੰਦੀ ਹਾਂ। ਸਾਡਾ ਚਿੜੀਆਂ ਦਾ ਚੰਬਾ ਬਾਬਲੇ ਅਸੀਂ ਉੜ ਜਾਣਾ, ਸਾਡਾ ਚਿੜੀਆਂ ਦਾ ਚੰਬਾ ਬਾਬਲੇ ਅਸੀਂ ਉੜ ਜਾਣਾ, ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬਲ ਗੁੱਡੀਆਂ ਕੌਣ ਖੇਡੇ, ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬਲ ਗੁੱਡੀਆਂ ਕੌਣ ਖੇਡੇ, ਗੁੱਡੀਆਂ ਖੇਡਣ ਮੇਰੀਆਂ ਪੋਤਰੀਆਂ
ਧੀਏ ਘਰ ਜਾ ਆਪਣੇ ਗੁੱਡੀਆਂ ਖੇਡਣ ਮੇਰੀਆਂ ਪੋਤਰੀਆਂ ਧੀਏ ਘਰ ਜਾ ਆਪਣੇ ਸਾਡਾ ਚਿੜੀਆਂ ਦਾ ਚੰਬਾ ਬਬਲੀ ਅਸੀਂ ਉੱਡ ਜਾਣਾ ਸਾਡਾ ਚਿੜੀਆਂ ਦਾ ਚੰਬਾ ਬਾਬਲੇ ਅਸੀਂ ਉੱਡ ਜਾਣਾ ਤੇਰੇ ਮਹਿਲਾਂ ਦੇ ਵਿੱਚ ਬਾਬਲ ਡੋਲਾ ਨਹੀਂ ਲੰਘਦਾ ਤੇਰੇ ਮਹਿਲਾਂ ਦੇ ਵਿੱਚ ਬਾਬਲ ਡੋਲਾ ਨਹੀਂ ਲੰਘਦਾ ਇੱਕ ਇੱਟ ਪੁਟਾ ਦਿੰਦੇ ਹਾਂ ਧੀਏ ਘਰ ਜਾ ਆਪਣੇ ਇੱਕ ਇੱਟ ਪੁਟਾ ਦਿੰਦੇ ਹਾਂ ਧੀਏ ਘਰ ਜਾ ਆਪਣੇ ਸਾਡਾ ਚਿੜੀਆਂ ਦਾ ਚੰਬਾ ਬਬਲੀ ਅਸੀਂ ਉੱਡ ਜਾਣਾ ਸਾਡਾ ਚਿੜੀਆਂ ਦਾ ਚੰਬਾ ਬਾਬਲੀ ਅਸੀਂ ਉੱਡ ਜਾਣਾ ਤੇਰੇ ਬਾਗਾਂ ਦੇ ਵਿੱਚ ਬਾਬਲ ਡੋਲਾ ਨਹੀਂ ਲੰਘਦਾ ਤੇਰੇ ਬਾਗਾਂ ਦੇ ਵਿੱਚ ਬਾਬਲ ਡੋਲਾ ਨਹੀਂ ਲੰਘਦਾ ਇੱਕ ਟਾਲੀ ਬੜਾ ਦਿਆਂਗੇ ਧੀਏ ਘਰ ਜਾ ਆਪਣੇ ਇੱਕ ਟਾਲੀ ਬੜਾ ਦਿਆਂਗੇ ਧੀਏ ਘਰ ਜਾ ਆਪਣੇ ਸਾਡਾ ਚਿੜੀਆਂ ਦਾ ਚੰਬਾ ਬਾਬਲੇ ਅਸੀਂ ਉੱਡ ਜਾਣਾ ਸਾਡਾ ਚਿੜੀਆਂ ਦਾ ਚੰਬਾ ਬਾਬਲੇ ਅਸੀਂ ਉੱਡ ਜਾਣਾ ਬਹੁਤ ਵਧੀਆ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾ ਪ੍ਰੋਗਰਾਮ ਠੀਕ ਨਹੀਂ ਚੱਲ ਰਿਹਾ ਨਾ ਆਵਾਜ਼ ਆਉਂਦੀ ਹੈ ਠੀਕ ਹੈ ਰੁਕ ਰੁਕ ਕੇ ਬਾਹਲਾ ਹੀ ਰੁਕਦਾ ਹਾਂਜੀ ਪਿਕਚਰ ਵੀ ਨਹੀਂ ਟਿਕਦੀ ਗੀ ਹੇਠਾਂ ਉੱਤੇ ਹੋਈ ਜਾਂਦੀ ਹੈ ਤੇ ਰੁਕਦਾ ਵੀ ਬਹੁਤ ਆਵਾਜ਼ ਵੀ ਨਹੀਂ ਆ ਰਹੀ ਗੀ ਹਨਾ ਹਾਂਜੀ ਕੋਈ ਨਾ ਅਸੀਂ ਆਪਣੀ ਟੈਕਨੀਕਲ ਸਪੋਰਟ ਨੂੰ ਕਹਿੰਦੇ ਇੱਕ ਵਾਰੀ ਉਹ ਚੈੱਕ ਕਰ ਲੈਂਦੇ ਆ ਵੀ ਕੀ ਪ੍ਰੋਬਲਮ ਆ ਰਹੀ ਆ ਹਾਂਜੀ ਪਹਿਲਾਂ ਤੁਸੀਂ ਉਹ ਚੈੱਕ ਕਰਾ ਲਓ ਤੇ ਠੀਕ ਕਰੋ ਹਨਾ ਹਾਂਜੀ ਤੇ ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ ਚੱਲ ਰਿਹਾ ਦੋਨੇ ਭੈਣਾਂ ਬਹੁਤ ਵਧੀਆ ਲੱਗਦੀਆਂ ਥੈਂਕ ਯੂ ਹਾਂਜੀ ਪਹਿਲਾਂ ਕਹੋ ਮਾੜਾ ਜਿਹਾ ਪ੍ਰੋਗਰਾਮ ਮਜ਼ਾ ਹੀ ਨਹੀਂ ਆ ਰਿਹਾ ਹੈਗਾ ਹਾਂਜੀ ਕੋਈ ਨਾ ਮੈਂ ਹੁਣੇ ਹੀ ਇੱਕ ਵਾਰੀ ਕਹਿ ਦਿੱਤਾ ਹੋਇਆ ਆਲਰੇਡੀ ਬਟ ਇੱਕ ਵਾਰੀ ਮੈਂ ਫਿਰ ਵੀ ਕਹਿੰਦੀ ਹਾਂ ਵੀ ਇੱਕ ਵਾਰੀ ਤੁਸੀਂ ਪਲੀਜ਼ ਆਪਣੀ ਟੈਕਨੀਕਲ ਸਪੋਰਟ ਨੂੰ ਮੈਂ ਕਹਿੰਦੀ ਹਾਂ ਵੀ ਚੈੱਕ ਕਰ ਲਓ ਵੀ ਕੀ ਪ੍ਰੋਬਲਮ ਆ ਰਹੀ ਹੈ ਵੀ ਕਿਉਂ ਨਹੀਂ ਚੱਲ ਰਿਹਾ ਹੈਗਾ ਹਾਂਜੀ ਰੁਕਦਾ ਵੀ ਬਹੁਤ ਆ ਤੇ ਆਵਾਜ਼ ਵੀ ਨਹੀਂ ਆਉਂਦੀ ਕਦੇ ਕਦੇ ਜਮਾਂ ਹੀ ਰੁਕ ਜਾਂਦੀ ਹੈ ਕਦੇ ਪਿਕਚਰ ਹੇਠਾਂ ਉੱਤੇ ਹੋ ਜਾਂਦੀ ਹੈ ਨਾ ਅੱਛਾ ਜੀ ਹਾਏ ਯਾਨੀ ਬਹੁਤ ਕੁਸ਼ਚਨ ਹੋ ਜਾਂਦਾ ਹਾਂਜੀ ਕੋਈ ਨਾ ਮੈਂ ਉਹਨਾਂ ਨੂੰ ਕਹਿੰਦੀ ਹਾਂ ਇੱਕ ਵਾਰੀ ਉਹ ਚੈੱਕ ਕਰ ਲੈਂਦੇ ਆ ਨਾ ਓਕੇ ਜੀ ਥੈਂਕ ਯੂ ਜੀ ਸੁਣਾਓ ਪਹਿਲਾਂ ਪ੍ਰੋਗਰਾਮ ਠੀਕ ਕਰਾਓ ਓਕੇ ਠੀਕ ਹੈ ਤੁਸੀਂ ਕੁਝ ਸੁਣਾ ਦਿਓ ਟੱਪਾ ਬੋਲੀ ਕੁਝ ਗੀਤ ਕੁਝ ਸੁਣਾਣਾ ਤੇ ਤੁਸੀਂ ਸੁਣਾ ਸਕਦੇ ਆ ਸਾਨੂੰ ਆਵਾਜ਼ ਤੁਹਾਡੀ ਬਹੁਤ ਵਧੀਆ ਆਉਂਦੀ ਆ ਸਾਰੇ ਸਾਹਮਣੇ ਆਂਦੇ ਸਰਿਆ ਵਧੀਆ ਠੀਕ ਹੈ ਜੀ ਬਸ ਮੈਂ ਇੱਕ ਵਾਰ ਉਹਨਾਂ ਨੂੰ ਕਹਿ ਦਿੱਤਾ ਹੋਇਆ ਹੈ ਬਟ ਫਿਰ ਵੀ ਕਹਿ ਦਿੰਨੀ ਆ ਕਿ ਇੱਕ ਵਾਰੀ ਪਲੀਜ਼ ਤੁਸੀਂ ਟੈਕਨੀਕਲ ਸਪੋਰਟ ਨੂੰ ਮੈਂ ਕਹਿੰਦੀ ਆ ਵੀ ਇੱਕ ਵਾਰੀ ਚੈੱਕ ਕਰ ਲਓ ਵੀ ਕੀ ਪ੍ਰੋਬਲਮ ਆ ਰਹੀ ਹੈ ਸਕਰੀਨ ਵੀ ਨਹੀਂ ਸਹੀ ਚੱਲ ਰਹੀ ਤੇ ਸਾਡੀ ਆਵਾਜ਼ ਵੀ ਜਿਹੜੀ ਦਰਸ਼ਕਾਂ ਤੱਕ ਸਹੀ ਨਹੀਂ ਪਹੁੰਚ ਰਹੀ ਹੈਗੀ ਠੀਕ ਠਾਕ ਅਮਨ ਬਹੁਤ ਦੇਰ ਬਾਅਦ ਦਿਖਾਈ ਦਿੱਤੇ ਹੈ ਮੈਂ ਕਿਹਾ ਵੀ ਮੈਨੂੰ ਮੈਂ ਦੇਖ ਲਵਾਂ ਮੈਨੂੰ ਭੁੱਲ ਤਾਂ ਨਹੀਂ ਗਏ ਤੁਸੀਂ ਸਾਰੇ ਯਾਦ ਰੱਖਦੇ ਸਨ ਭੁੱਲ ਲੱਗ ਗਈ ਵੀ ਫਿਰ ਠੀਕ ਹੈ ਜਿੱਦਾਂ ਹੁਣ ਮੈਨੂੰ ਕਾਲਸ ਆ ਰਹੀਆਂ ਤੁਹਾਡਾ ਪਿਆਰ ਮਿਲ ਲਿਆ ਮੈਨੂੰ ਯਕੀਨ ਹੋ ਗਿਆ ਵੀ ਨਹੀਂ ਤੁਸੀਂ ਨਹੀਂ ਮੈਨੂੰ ਭੁੱਲ ਸਕਦੇ ਅਮਨ ਭੁੱਲਣ ਵਾਲੀ ਚੀਜ਼ ਨਹੀਂ ਹੈ ਤੁਸੀਂ ਦੱਸੋ ਤੁਸੀਂ ਮੈਨੂੰ ਕੀ ਸੁਣਾਓਗੇ ਅੱਜ ਜੋ ਕਹੋਗੇ ਸੁਣਾ ਦਿੰਦੇ ਆ ਮੈਂ ਕਿੰਨੀ ਸਾਰਾ ਕੁਛ ਸੁਣਾ ਦਿਓ ਇੱਕ ਇੱਕ ਕਰਕੇ ਗੀਤ ਸੁਣਨਾ ਗੀਤ ਸੁਣ ਲੋ ਜੇ ਟੱਪੇ ਸੁਣਨੇ ਟੱਪੇ ਸੁਣ ਲੋ ਜਿੱਦਾਂ ਜੋ ਮਰਜ਼ੀ ਸੁਣਾ ਦਿਓ ਮੈਨੂੰ ਤਾਂ ਸਤਿੰਦਰ ਕੌਰ ਜੀ ਨੇ ਵੀ ਗਾਣੇ ਸੁਣਾਏ ਮੈਨੂੰ ਬੜਾ ਮਜ਼ਾ ਆਇਆ ਇਹਨਾਂ ਦੇ ਗਾਣੇ ਸੁਣ ਕੇ ਨਾ ਨਣਦਾ ਤੇ ਲਾਇਆ ਚੰਗਾ ਇਹਨਾਂ ਨੇ ਤਵਾ ਹਾਂ ਬੜਾ ਅੱਛਾ ਹੈ ਇਹਨਾਂ ਦੇ ਗਾਣੇ ਬਹੁਤ ਸੋਹਣੇ ਹੁੰਦੇ ਮੈਂ ਅੱਗੇ ਵੀ ਹਾਂ ਮੈਂ ਤਾਂ ਅੱਜ ਇਹਨਾਂ ਨੂੰ ਪਹਿਲੀ ਵਾਰ ਮਿਲੀ ਆ ਮੈਂ ਪਹਿਲੀ ਵਾਰ ਇਹਨਾਂ ਕੋਲ ਗਾਣੇ ਸੁਣੇ ਆ ਬਟ ਮੈਨੂੰ ਬਹੁਤ ਵਧੀਆ ਲੱਗਿਆ ਪੂਰਾ
ਪੰਜਾਬੀ ਟੱਚ ਆ ਇਹਨਾਂ ਦੇ ਗਾਣਿਆਂ ਚ ਨਾ, ਇਕਦਮ ਜਿੱਦਾਂ ਨਾ ਮਾਹੌਲ ਜਿਹਾ ਬਣ ਜਾਂਦਾ, ਬੰਦਾ ਖੋਭੀ ਜਾਂਦਾ ਉਧਰ। ਹਾਂਜੀ, ਤੁਸੀਂ ਸੁਣਾਓ, ਤੁਸੀਂ ਗਾਣਾ ਸੁਣਾਓ, ਕਿਉਂਕਿ ਅੱਜ ਸਤਿੰਦਰ ਕੌਰ ਜੀ ਵੀ ਗਾਣੇ ਸੁਣਾ ਰਹੇ ਨੇ ਨਾ, ਤੁਸੀਂ ਵੀ ਸੁਣਾਓ। ਓਕੇ ਓਕੇ, ਗਾਣਾ ਸੁਣ ਲਓ ਤੁਸੀਂ। ਹਾਂਜੀ, ਕੁੱਚਾ ਲੰਮਾ ਵੇੜਾ ਵਿੱਚ ਪਾਇਆ ਬੰਗਲਾ, ਕਿੱਥੋਂ ਲੜ ਲਾਇਆ ਮਾਏ ਸੂਮ ਚੰਦਰਾ। ਉੱਚਾ ਲੰਮਾ ਵੇੜਾ ਵਿੱਚ ਪਾਇਆ ਬੰਗਲਾ, ਕਿੱਥੋਂ ਲੜ ਲਾਇਆ ਮਾਏ ਸੂਮ ਚੰਦਰਾ। ਕਹਿੰਦਾ ਕੱਪੜੇ ਨਾ ਪਾਈ ਉਹ ਵੀ ਫਟ ਜਾਣਗੇ, ਨੰਗੀ ਵੀ ਨਾ ਰਹੀ ਲੋਕੀ ਵੇਖ ਜਾਣਗੇ। ਉੱਚਾ ਲੰਮਾ ਵੇੜਾ ਵਿੱਚ ਪਾਇਆ ਬੰਗਲਾ, ਕਿੱਥੋਂ ਲੜ ਲਾਇਆ ਮਾਏ ਸੂਮ ਚੰਦਰਾ। ਕਹਿੰਦਾ ਰੋਟੀ ਵੀ ਨਾ ਖਾਈ ਆਟਾ ਮੁੱਕ ਜਾਊਗਾ, ਭੁੱਖੀ ਵੀ ਨਾ ਰਹੀ ਤੇਂਦਾ ਸੁੱਕ ਜਾਊਗਾ। ਉੱਚਾ ਲੰਮਾ ਵੇੜਾ ਵਿੱਚ ਪਾਇਆ ਬੰਗਲਾ, ਕਿੱਥੋਂ ਲੜ ਲਾਇਆ ਮਾਏ ਸੂਮ ਚੰਦਰਾ। ਕਹਿੰਦਾ ਜੁੱਤੀ ਵੀ ਨਾ ਪਾਈ ਉਹ ਵੀ ਟੁੱਟ ਜਾਊਗੀ, ਨੰਗੀ ਵੀ ਨਾ ਰਹੀ ਕੰਡਾ ਚੁੱਭ ਜਾਊਗਾ। ਉੱਚਾ ਲੰਮਾ ਵੇੜਾ ਵਿੱਚ ਪਾਇਆ ਬੰਗਲਾ, ਕਿੱਥੋਂ ਲੜ ਲਾਇਆ ਮਾਏ ਸੂਮ ਚੰਦਰਾ। ਕਹਿੰਦਾ ਮੰਜੇ ਤੇ ਨਾ ਸੋਈ ਮੰਜਾ ਟੁੱਟ ਜਾਊਗਾ, ਪੁੰਜੇ ਵੀ ਨਾ ਸੋਈ ਕੁਝ ਲੜ ਜਾਊਗਾ। ਉੱਚਾ ਲੰਮਾ ਵੇੜਾ ਵਿੱਚ ਪਾਇਆ ਬੰਗਲਾ, ਕਿੱਥੋਂ ਲੜ ਲਾਇਆ ਮਾਏ ਸੂਮ ਚੰਦਰਾ। ਬਹੁਤ ਸੋਹਣਾ ਜੀ, ਬਹੁਤ ਸੋਹਣਾ ਗਾਇਆ ਤੁਸੀਂ। ਗਰੇਵਾਲ ਭੈਣ ਜੀ ਕਹਿੰਦੇ ਕਹਿੰਦੇ ਤੁਸੀਂ ਕੰਜੂਸੀ ਬਹੁਤ ਕੀਤੀ ਆ, ਉਹ ਸੀਗਾ ਆਪਣਾ ਸਾਨੂੰ ਮੀਟਰ ਕੱਪੜਾ ਬਥੇਰਾ। ਸੱਸ ਸਹੁਰਾ ਕਰੇ ਤੰਗ ਸਾਥੋਂ ਹੁੰਦਾ ਨਹੀਂ ਓ ਕੰਮ, ਸੱਸ ਸਹੁਰਾ ਕਰੇ ਤੰਗ ਸਾਥੋਂ ਹੁੰਦਾ ਨਹੀਂ ਓ ਕੰਮ, ਐਸ਼ ਲੈਣੀ ਆ ਤੇ ਵੱਖਰਾ ਕਮਰਾ ਲੈ ਲੈ, ਐਸ਼ ਲੈਣੀ ਆ ਤੇ ਵੱਖਰਾ ਕਮਰਾ ਲੈ ਲੈ। ਸਾਨੂੰ ਸੇਰ ਕੂਆ ਟੱਬ ਥੇਰਾ, ਉਹ ਸਾਨੂੰ ਸੇਰ ਕੂਆ ਟੱਬ ਥੇਰਾ, ਫੁਲਕਾ ਤੇਰਾ ਫੁਲਕਾ ਮੇਰਾ, ਫੁਲਕਾ ਤੇਰਾ ਫੁਲਕਾ ਮੇਰਾ, ਵਿੱਚੋਂ ਬੱਬੂ ਦੀ ਪਰੌਂਠੀ ਨਿਕਲ ਆਉਣੀ ਆ, ਉਹ ਵਿੱਚੋਂ ਬੱਬੂ ਦੀ ਪਰੌਂਠੀ ਨਿਕਲ ਆਉਣੀ। ਸੱਸ ਸਹੁਰਾ ਕਰੇ ਤੰਗ ਸਾਥੋਂ ਹੁੰਦਾ ਨਹੀਂ ਓ ਕੰਮ, ਐਸ਼ ਲੈਣੀ ਆ ਤੇ ਵੱਖਰਾ ਕਮਰਾ ਲੈ ਲੈ, ਐਸ਼ ਲੈਣੀ ਆ ਤੇ ਵੱਖਰਾ ਕਮਰਾ ਲੈ ਲੈ। ਸਾਨੂੰ ਮੀਟਰ ਕੋ ਕੱਪੜਾ ਬਥੇਰਾ, ਸਾਨੂੰ ਮੀਟਰ ਕੋ ਕੱਪੜਾ ਬਥੇਰਾ, ਕੁੜਤਾ ਤੇਰਾ ਕੁੜਤਾ ਮੇਰਾ, ਕੁੜਤਾ ਤੇਰਾ ਕੁੜਤਾ ਮੇਰਾ, ਵਿੱਚੋਂ ਬੱਬੂ ਦੀ ਫਰਾਕ ਨਿਕਲ ਆਉਣੀ, ਉਹ ਵਿੱਚੋਂ ਬੱਬੂ ਦੀ ਫਰਾਕ ਨਿਕਲ ਆਉਣੀ। ਸੱਸ ਸਹੁਰਾ ਕਰੇ ਤੰਗ ਸਾਥੋਂ ਹੁੰਦਾ ਨਹੀਂ ਓ ਕੰਮ, ਐਸ਼ ਲੈਣੀ ਆ ਤੇ ਵੱਖਰਾ ਕਮਰਾ ਲੈ ਲੈ,
ਲੈਸ਼ ਲੈਣੀਆਂ ਤੇ ਵੱਖਰਾ ਕਮਰਾ ਲੈ ਲੈ ਸਾਨੂੰ ਸ਼ੇਰ ਕੁਵਾਣ ਬਥੇਰਾ ਸਾਨੂੰ ਸ਼ੇਰ ਕੁਵਾਣ ਬਥੇਰਾ ਮੰਜਾ ਤੇਰਾ ਮੰਜਾ ਮੇਰਾ ਮੰਜਾ ਤੇਰਾ ਮੰਜਾ ਮੇਰਾ ਵਿੱਚੋਂ ਬੱਬੂ ਦਾ ਪੰਗੂੜਾ ਨਿਕਲ ਆਉਣਾ ਉਹ ਵਿੱਚੋਂ ਬੱਬੂ ਦਾ ਪੰਗੂੜਾ ਨਿਕਲ ਆਉਣਾ ਸੱਸ ਸਹੁਰਾ ਕਰੇ ਤੰਗ ਸਾਥੋਂ ਹੁੰਦਾ ਨਹੀਂ ਉਹ ਕੰਮ ਐਸ਼ ਲੈਣੀਆਂ ਤੇ ਵੱਖਰਾ ਕਮਰਾ ਲੈ ਲੈ ਐਸ਼ ਲੈਣੀਆਂ ਤੇ ਵੱਖਰਾ ਕਮਰਾ ਲੈ ਲੈ ਤੁਸੀਂ ਡੈਲਸ ਦੇ ਕੋਲ ਰਹਿੰਦੇ ਕੋਈ ਨਾ ਮੈਂ ਡੈਲਸ ਆਉਂਦੀ ਹੁੰਦੀ ਆ ਫਿਰ ਆਪਾਂ ਮਿਲ ਲਾਂਗੇ ਹੈਲੋ ਹਾਂਜੀ ਵੇ ਕੇ ਕੋਈ ਨਾ ਅਸੀਂ ਡੈਲਸ ਆਉਂਦੇ ਹੁੰਦੇ ਆ ਫਿਰ ਮੈਂ ਤੁਹਾਨੂੰ ਮਿਲ ਲਾਂਗੇ ਓਕੇ ਜੀ ਥੈਂਕ ਯੂ ਫੋਨ ਕਰਨ ਦੇ ਲਈ ਬਹੁਤ ਬਹੁਤ ਥੈਂਕ ਯੂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਅਮਰਜੀਤ ਹਾਂਜੀ ਅਮਰਜੀਤ ਜੀ ਕੀ ਸੁਣਾਓਗੇ ਤੁਸੀਂ ਪਹਿਲਾਂ ਤੁਹਾਡਾ ਜੋ ਵੀ ਆ ਸਿਸਟਮ ਚੱਲ ਰਿਹਾ ਠੀਕ ਨਹੀਂ ਚੱਲ ਰਿਹਾ ਆਵਾਜ਼ ਬਹੁਤ ਕੱਟ ਕੱਟ ਕੇ ਆਉਂਦੀ ਹੈ ਮੈਂ ਟੈਕਨੀਕਲ ਸਪੋਰਟ ਨੂੰ ਕਿਹਾ ਸੀ ਬਟ ਉਹ ਕਹਿੰਦੇ ਸੀ ਕਿ ਸਾਡੇ ਕੋਲੋਂ ਸਿਸਟਮ ਬਿਲਕੁਲ ਸਹੀ ਹੈ ਤੇ ਸਹੀ ਆਵਾਜ਼ ਆ ਰਹੀ ਹੈ ਸਾਡੇ ਕੋਲੋਂ ਯਾ ਪਰ ਪਤਾ ਨਹੀਂ ਕਿਉਂ ਇੱਕ ਵਾਰੀ ਉਹ ਫਿਰ ਵੀ ਦੁਬਾਰਾ ਰੀਸੈਟ ਕਰ ਦਿੰਦੇ ਆ ਸਾਰਾ ਕੁਝ ਚੈੱਕ ਕਰ ਲੈਂਦੇ ਆ ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਥੈਂਕ ਯੂ ਹਾਂਜੀ ਤੁਸੀਂ ਕੀ ਸੁਣਾਣਾ ਮੈਨੂੰ ਇਹ ਦੱਸੋ ਪਹਿਲਾਂ ਗਨੇਰੀਆਂ 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 ਵੇ ਨਬੀ ਪਗਨਾ ਬਣਵੇ ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ ਨਬੀ ਪਗਨਾ ਬਣਵੇ ਗਨੇਰੀਆਂ 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 ਵੇ ਨਬੀ ਭਗਵਾਨ ਲੈਣ ਦੇ ਮੇਰੇ ਯਾਰ ਵਿੱਚ ਮੇਰੇ ਚ ਬਥੇਰੀਆਂ ਨਬੀ ਭਗਵਾਨ ਲੈਣ ਦੇ ਆਪਣੇ ਹੈਰੀ ਸੀਗਾ ਬੈਠਾ ਮੈਂ ਇੱਕ ਗੀਤ ਸੁਣਾਇਆ ਤੇ ਫਿਰ ਉੱਥੋਂ ਦਾ ਮਾਰਕ ਆਂਟੀ ਆਂਟੀ ਤੁਸੀਂ ਜ਼ਰੂਰ ਇੱਕ ਵਾਰੀ ਆ ਜਾਇਓ ਬੇਸ਼ੱਕ ਇੱਕ ਵਾਰੀ ਆਇਓ ਓਦਾ ਕੋਟਨ ਦੇ ਪਾ ਲਈ ਦੀ ਹੁਣ ਇੱਥੇ ਓਦਾਂ ਕਿੱਦਾਂ ਇਹਨਾਂ ਨੂੰ ਪਾਵੇ ਹੁਣ ਤਾਂ ਹੀ ਹੈ ਨਾ ਹੁਣ ਆਂਟੀ ਦੇ ਜਿਹੜੇ ਕਲੋਜ਼ਟ ਆ ਜਾਂ ਟੈਚੀਆਂ ਚ ਸੂਟ ਬੰਦ ਨੇ ਹੁਣ ਖੁੱਲ ਰਹੇ ਨੇ ਹੌਲੀ ਹੌਲੀ ਹੁਣ ਸਾਰਿਆਂ ਨੂੰ ਹੌਲੀ ਹੌਲੀ ਪਤਾ ਲੱਗੂ ਵੀ ਲੈ ਵੀ ਠੀਕ ਹੁਣ ਆਂਟੀ ਆਂਟੀ ਕੋ ਸੂਟ ਹੈਗੇ ਸੂਟ ਹੈਗੇ ਤੁਸੀਂ ਵੀ ਕੋਈ ਬੋਲੀ ਸੁਣਾ ਦੋ ਮੈਂ ਬੋਲੀ ਸੁਣਾਵਾਂ ਹਾਂਜੀ ਇੱਕ ਛੜੇ ਨੂੰ ਸੁਪਨਾ ਆਇਆ ਇੱਕ ਛੜੇ ਨੂੰ ਸੁਪਨਾ
ਦੂਜੇ ਛੜੇ ਨੂੰ ਦੱਸਣ ਲੱਗਾ ਸੁਪਨੇ ਦੇ ਵਿੱਚ ਦਿਸਦੀ ਧੀਮੀ ਸੁਪਨੇ ਦੇ ਵਿੱਚ ਦਿਸਦੀ ਧੀਮੀ ਮੈਂ ਰਿਹਾ ਉਹਦੇ ਨਾਲ ਹੱਸਦਾ ਤੜਕੇ ਨੂੰ ਉੱਜੜ ਗਿਆ ਚੰਗਾ ਭਲਾ ਕਰ ਬੱਸਦਾ 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 ਤੜਕੇ ਨੂੰ ਉੱਜੜ ਗਿਆ ਕੋਰੇ ਕੋਰੇ ਕੁੱਜੇ ਵਿੱਚ ਦਹੀਂ ਮੈਂ ਜਮਾਉਣੀ ਆ ਕੋਰੇ ਕੋਰੇ ਕੁੱਜੇ ਵਿੱਚ ਦਹੀਂ ਮੈਂ ਜਮਾਉਣੀ ਆ ਤੜਕੇ ਉੱਠ ਕੇ ਰਿੜਕਾਂਗੇ ਛੜੇ ਆਉਣਗੇ ਲੱਸੀ ਨੂੰ ਛਿੜਕਾਂਗੇ 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 ਗਿੱਧੇ ਵਿੱਚ ਜਦ ਮੈਂ ਨੱਚਾਂ ਸੂਰਜ ਵੀ ਮੱਥਾ ਟੇਕਦਾ ਗਿੱਧੇ ਵਿੱਚ ਜਦ ਮੈਂ ਨੱਚਾਂ ਸੂਰਜ ਵੀ ਮੱਥਾ ਟੇਕਦਾ ਲੁਧਿਆਣੇ ਜੱਟੀ ਨੱਚੇ ਲੁਧਿਆਣੇ ਜੱਟੀ ਨੱਚੇ ਪਟਿਆਲਾ ਖੜ ਖੜ ਵੇਖਦਾ ਲੁਧਿਆਣੇ ਜੱਟੀ ਨੱਚੇ ਪਟਿਆਲਾ ਖੜ ਖੜ ਵੇਖਦਾ ਲੁਧਿਆਣੇ ਜੱਟੀ ਨੱਚੇ ਪਟਿਆਲਾ ਖੜ ਖੜ ਵੇਖਦਾ ਚਾਂਦੀ ਦੀਆਂ ਚੰਜ ਰੰਗ ਲਾਬੀ ਅੱਡੀਆਂ ਨੱਚਣ ਲੱਗੀ ਨੇ ਲਈਆਂ ਪਾਣੀ ਮਜਾਜਣੇ ਇਹਨਾਂ ਤੈਨੂੰ ਨੱਚਣੇ ਦਾ ਚਾਨੀ ਮਜਾਜਣੇ ਇਹਨਾਂ ਤੈਨੂੰ ਨੱਚਣੇ ਦਾ ਚਾਨੀ ਮਜਾਜਣੇ ਇਹਨਾਂ ਤੈਨੂੰ ਨੱਚਣੇ ਦਾ ਚਾ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀ ਪਿਓ ਦੇ ਕਰਦਾਨੀ ਜਦੋਂ ਲੜਦਾ ਤੇ ਲਾ ਦੇ ਕਰਦਾਨੀ ਜਦੋਂ ਲੜਦਾ ਤੇ ਲਾ ਦੇ ਕਰਦਾਨੀ ਜਦੋਂ ਲੜਦਾ ਤੇ ਲਾ ਦੇ ਕਰਦਾਨੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੈ ਜੀ ਵਧੀਆ ਹਾਂਜੀ ਕੀ ਸੁਣਾਓਗੇ ਹਾਂਜੀ ਬੋਲੀ ਸੁਣਾ ਦਿੰਦੀ ਹਾਂ ਹਾਂਜੀ ਨੌਕਰ ਨੂੰ ਨਾ ਦੇਈਂ ਮੇਰੇ ਬਾਬਲਾ ਨੌਕਰ ਨੂੰ ਨਾ ਦੇਈਂ ਮੇਰੇ ਬਾਬਲਾ ਹਾਲੀ ਪੁੱਤ ਬਥੇਰੇ ਵੇ ਨੌਕਰ ਨੇ ਤਾਂ ਚੱਕ ਲਿਆ ਬਿਸਤਰਾ ਹੋ ਗਿਆ ਗੱਡੀ ਦੇ ਨੇੜੇ ਮੈਂ ਤੈਨੂੰ ਵਰਜ ਰਹੀ ਦੇਈਂ ਨਾ ਬਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਦੇਈਂ ਨਾ ਬਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਬਾਬਲਾ ਫੇਰੇ ਮੈਂ ਤੈਨੂੰ ਵਰਜ ਰਹੀ ਹੋਰ ਸੁਣਾਓਗੇ ਜੀ ਹੈਲੋ ਆਈ ਥਿੰਕ ਉਹ ਨਾ ਟੀਵੀ ਚ ਦੇਖਣ ਲੱਗ ਪੈਂਦੇ ਆ ਹਾਂਜੀ ਤਾਂ ਕਰਕੇ ਫਿਰ ਜਿਹੜਾ ਇੱਧਰ ਉਹ ਫਿਰ ਲੇਟ ਜਾਂਦੀ ਆਵਾਜ਼ ਹਾਂਜੀ ਉਹ ਆਵਾਜ਼ ਉਹਦੇ ਕਰਕੇ ਜਦੋਂ ਫੋਨ ਕਰੋ ਟੀਵੀ ਤੇ ਥੋੜਾ ਜਿਹਾ ਪਾਸੇ ਹੋ ਜਾ ਕਰੋ ਨਾਲੇ ਹੁਣ ਜਦੋਂ ਆਪਾਂ ਰੋਜ਼ ਦੇਖਦੇ ਫਿਰ ਪਤਾ ਹੀ ਹੁੰਦਾ ਹੈ ਹਾਂਜੀ ਪਰ ਯਾਦ ਨਹੀਂ ਰੱਖਦੇ ਹੋ ਜਾਂਦਾ ਕਈ ਵਾਰੀ ਐਕਸਾਈਟਡ ਹੁੰਦੇ ਆ ਮੈਂ ਵੀ ਕਈ ਵਾਰ ਦੇਖਦੀ ਹੋ ਜਾਂਦਾ ਹਾਂਜੀ ਐਕਸਾਈਟਡ ਹੁੰਦੀ ਮੈਂ ਵੀ ਦੇਖਾਂ ਮੈਂ ਕੀ ਬੋਲਦੀ ਆ ਜੇ ਕਿੱਥੇ ਗਲਤ ਬੋਲਦੀ ਆ ਹੋ ਜਾਂਦਾ ਆ ਥੋੜਾ ਜਿਹਾ ਕਹਿੰਦੇ ਆ ਇੱਕ ਦਿਨ ਪ੍ਰੋਗਰਾਮ ਕਰਕੇ ਚਾਰ ਦਿਨ ਫਿਰ ਆਪ ਦੇਖਣਾ ਨਹੀਂ ਹੁੰਦਾ ਆਪਣੀਆਂ ਗਲਤੀਆਂ ਨਹੀਂ ਕੱਢਣੀਆਂ ਪਹਿਲੇ ਬਹੁਤ ਵੱਡੇ ਕਲਾਕਾਰ ਸਹੀ ਇਹਨਾਂ ਚੀਜ਼ਾਂ ਨਾਲ ਬਹੁਤ ਫਰਕ ਪੈ ਮੰਨਣਾ ਨੀ ਜਿਸ ਦਿਨ ਮੈਂ ਪਹਿਲੀ ਵਾਰ ਇਸ ਸਟੂਡੀਓ ਚ ਆਈ ਸੀ ਹਾਂਜੀ ਤੇ ਸਿਰਫ ਅਸੀਂ 2 ਮਿੰਟ ਦਾ ਰਿਕਾਰਡ ਕਰਨਾ ਸੀਗਾ ਉਹ ਵੀ ਔਖਾ ਲੱਗਦਾ ਉਹ ਵੀ ਇੰਨਾ ਔਖਾ ਤੁਸੀਂ ਮੰਨਣਾ ਨਹੀਂ ਮਿੰਟਾਂ ਨੂੰ ਅਸੀਂ ਘੰਟਿਆਂ ਚ ਲੈ ਘੰਟਿਆਂ ਚ ਤੇ ਉਹ ਇੰਨਾ ਔਖਾ ਸੀ ਖੜੀ ਹੋ ਜਾਣਾ ਮੈਂ ਨਹੀਂ ਮੈਂ ਬੋਲਦੀ ਬੋਲਦੀ ਉਹਨੇ ਕਹਿੰਦਾ ਤੇਰੀ ਹਵਾ ਟਾਈਟ ਹੋ ਜਾਣੀ ਨਾ ਨਾ ਇਦਾਂ ਨਹੀਂ ਹੁੰਦੀ ਮੈਂ ਤਾਂ ਬਹੁਤ ਬੋਲਦੀ ਆ ਫਿਰ ਜਦੋਂ ਕੈਮਰੇ ਦੇ ਅੱਗੇ ਆ ਕੇ ਖੜੇ ਹੋ ਕੇ ਬੋਲਣਾ ਥੋੜਾ ਔਖਾ ਲੱਗਦਾ ਫਿਰ ਹੌਲੀ 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 ਫਿਰ ਮਨ ਬਣ ਜਾਂਦਾ ਉਦਾਂ ਦਾ ਝੱਕ ਖੁੱਲ ਜਾਂਦੀ ਆ ਬਿਲਕੁਲ ਸਹੀ ਹੈ ਝੱਕ ਖੁੱਲਦੀ ਆ ਪਰ ਥੋੜਾ ਟਾਈਮ ਲੱਗਦਾ ਹੈ ਹਾਂਜੀ ਫਿਰ ਬੰਦਾ ਨਾਰਮਲ ਹੋ ਕੇ ਬੈਠਾ ਰਹਿੰਦਾ ਬਸ ਦੇਖੋ ਸਾਡੇ ਕਿਹੜਾ ਕੋਲ ਬੈਠਾ ਬਾਅਦ ਚ ਦੇਖੀ ਜਾਣ ਇਹ ਤਾਂ ਗੱਲ ਸਹੀ ਹੈ ਕੋਈ ਨਾ ਤੁਸੀਂ ਫੋਨ ਕਰੋ ਸਾਨੂੰ ਅਸੀਂ ਤੁਹਾਡੇ ਫੋਨ ਕਾਲਾਂ ਦੀ ਵੇਟ ਜ਼ਰੂਰ ਕਰਦੇ ਹਾਂ ਇੱਕੋ ਹੀ ਨੰਬਰ ਹੈ ਜਿਹੜਾ ਤੁਸੀਂ ਘੁਮਾਉਣਾ ਹੈ 647-710-75 ਅਤੇ ਤੁਸੀਂ ਅੱਜ ਮੇਰੇ ਨਾਲ ਅਤੇ ਸਤਿੰਦਰ ਜੀ ਨਾਲ ਗੱਲਾਂ ਕਰਨੀਆਂ ਆ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅੱਜ ਅਸੀਂ ਪ੍ਰੋਗਰਾਮ ਦਾ ਰੰਗ ਬੰਨੀ ਰੱਖੀਏ
ਕੋਈ ਬੋਰ ਨਾ ਹੋਣ ਦੇਣਾ, ਨਹੀਂ ਨਹੀਂ ਬੋਰ ਨਹੀਂ ਹੋਣ ਦੇਣਾ, ਹਾਂਜੀ ਹਾਂ, ਨਾ ਅਸੀਂ ਆਪ ਬੋਰ ਹੋਣਾ ਨਾ ਅਸੀਂ ਤੁਹਾਨੂੰ ਹੋਣ ਦੇਣਾ, ਕਿ ਤੁਸੀਂ ਜੇ ਟੀਵੀ ਅੱਗੇ ਬੈਠੇ ਹੋ ਤਾਂ ਬਸ ਬੈਠੇ ਹੀ ਰਹੋ, ਹਾਂਜੀ ਜ਼ਰੂਰ ਸਾਨੂੰ ਕਾਲ ਕਰੋ, ਟੱਪੇ ਸੁਣਾਓ, ਬੋਲੀਆਂ, ਗਾਣੇ, ਜੋ ਜੋ ਤੁਹਾਡੇ ਰੂਹ 'ਚ. ਸਾਨੂੰ ਇੱਕ ਬੁਝਾਰਤ ਆਈ ਸੀ, ਕਹਿੰਦੇ ਆਸ ਪੁੱਛੇ ਰਾਸ ਨੂੰ ਸਿਰ ਹੈ ਨੀ ਕਨਕਾਸ ਨੂੰ, ਇਹਦਾ ਸਾਨੂੰ ਜਵਾਬ ਨਹੀਂ ਮਿਲਿਆ, ਨਹੀਂ ਮੈਨੂੰ ਮੈਨੂੰ ਵੀ ਨਹੀਂ ਖਿਆਲ ਚਾਹੁੰਦਾ, ਤੁਹਾਨੂੰ ਵੀ ਨਹੀਂ ਖਿਆਲ ਚਾਹੁੰਦਾ. ਮੈਂ ਫਿਰ ਬੋਲਦੇ ਨੇ ਆਸ ਪੁੱਛੇ ਰਾਸ ਨੂੰ ਸਿਰ ਹੈ ਨੀ ਕਨਕਾਸ ਨੂੰ, ਤੇ ਇਹਦਾ ਜਦ ਤੱਕ ਜਵਾਬ ਮਿਲਦਾ ਆ ਅਸੀਂ ਆਪਣੇ ਰੰਗ ਬੰਨ ਲੈਂਦੇ ਹਾਂ. ਆਹੋ ਆਪਣਾ ਗਾਣਾ ਗਾ, ਅਸੀਂ ਆਪਣੇ ਗਾ, ਜੇ ਮੁੰਡੇ ਆ ਤੂੰ ਸਾਡੀ ਤੋਰ ਵੇਖਣੀ, ਜੇ ਮੁੰਡੇ ਆ ਵੇ ਸਾਡੀ ਤੋਰ ਵੇਖਣੀ, ਗੜਵਾ ਲੈ ਦੇ ਚਾਂਦੀ ਦਾ ਵੇ ਲੱਕ ਹਿੱਲੇ ਮਜਾ ਜਣ, ਜਾਂਦੀ ਦਾ ਵੇ ਲੱਕ ਹਿੱਲੇ ਮਜਾ ਜਣ, ਜਾਂਦੀ ਦਾ ਵੇ ਲੱਕ ਹਿੱਲੇ ਮਜਾ ਜਣ, ਜਾਂਦੀ ਦਾ. ਨਾ ਕੁੜੀਏ ਨੀ ਤੇਰੀ ਤੋਰ ਨਾ ਵੇਖਣੀ, ਅੱਗ ਲਾਉਣਾ ਗੜਵਾ ਚਾਂਦੀ ਦਾ ਨੀ ਲੱਕ ਟੁੱਟ ਜੁਹਲਾਰੇ, ਖਾਂਦੀ 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 ਦਾ. ਤੇ ਬੋਲੀਆਂ ਤਾਂ ਜਿੰਨੀਆਂ ਮਰਜ਼ੀ ਪਾ ਲਓ, ਜਿੰਨੀਆਂ ਮਰਜ਼ੀ ਪਾ ਲਓ, ਜਿੱਦਾਂ ਹੁੰਦਾ ਹੈ ਵੀ ਸਾਨੂੰ ਰੋਕੇ ਨਾ ਕੋਈ, ਹਾਂਜੀ ਹਾਂਜੀ ਹਾਂ, ਬੋਲੀ ਤੇ ਬੋਲੀ ਆ, ਬੋਲੀ ਤੇ ਉਹ ਫਿਰ ਜਦੋਂ ਪਹੁੰਚੇ ਫਿਰ ਜਵਦਾ ਵਧਾ ਆਉਣੀਆਂ ਆ ਨਾ, ਜਵਦਾ ਆਉਣੀਆਂ, ਫਿਰ ਨਾਲੇ ਰੰਗ ਵੱਜ ਜਾਂਦਾ, ਰੰਗ ਵੱਜ ਜਾਂਦਾ, ਫਿਰ ਇਹ ਜਦੋਂ ਲਹਿਰ ਜੀ ਟੁੱਟ ਜਾਂਦੀ ਨਾ ਫਿਰ ਦੁਬਾਰਾ ਬੰਨ੍ਹਣੀ ਥੋੜੀ, ਫਿਰ ਲਾਈਨ ਬੰਨ੍ਹਣੀ ਔਖੀ ਲੱਗਦੀ ਆ, ਸਹੀ ਹੈ, ਦੂਜੇ ਨੂੰ ਬੰਨ੍ਹਣਾ ਥੋੜਾ ਔਖਾ ਆ, ਪਰ ਕੋਈ ਨਾ, ਤੁਸੀਂ ਸਾਡੇ ਨਾਲ ਜੁੜੇ ਰਹੋ, ਸਾਨੂੰ ਫੋਨ ਕਰੋ ਤਾਂ ਕਿ ਅਸੀਂ ਜਿਹੜੀ ਲਾਈਨ ਹੈ ਟੁੱਟਣ ਨਾ ਟੁੱਟਣ ਨਾ ਦੇਈਏ, ਹਨਾ, ਫਿਰ ਬੋਲੀ ਤੇ ਬੋਲੀ ਤੇ ਬੁਝਾਰਤ, ਜੋ ਤੁਹਾਡੇ ਮਨ 'ਚ ਕਿਸੇ ਕਵਿਤਾ ਸੁਣਾਉਣੀ, ਕੁਛ ਵੀ ਸੁਣਾਉਣਾ ਜ਼ਰੂਰ ਸੁਣਾਓ, ਤੇ ਜਿਹੜੀ ਬੁਝਾਰਤ ਹੈ ਸਾਡੀ ਆਸ ਪੁੱਛੇ ਰਾਸ ਨੂੰ ਸਿਰ ਹੈ ਨੀ ਕਨਕਾਸ ਨੂੰ, ਇਹਦਾ ਜ਼ਰੂਰ ਜਵਾਬ ਆਹੋ ਦਊਗੇ, ਉਹਨਾਂ ਦਾ ਕੋਈ ਮੈਨੂੰ ਲੱਗਦਾ ਸਰੀਰ ਦਾ ਅੰਗ ਹੀ ਆ, ਨੱਕ ਮੂੰਹ, ਪਰ ਸਾਨੂੰ ਕੋਈ ਪਤਾ ਨਹੀਂ, ਆਸ ਕਾਸ, ਜੇ ਏਦਾਂ ਦਿਮਾਗ ਜਿਹਾ ਲਾ ਕੇ ਸੋਚੋ ਨਾ ਫਿਰ ਤਾਂ ਝੱਟ ਆ ਜਾਂਦੀ ਆ, ਤੇ ਜੇ ਏਦਾਂ ਰਹਿਣ ਦੋ ਕੋਈ ਨੀ, ਮੈਨੂੰ ਨੀ ਪਤਾ, ਫਿਰ ਨੀ ਪਤਾ, ਬਿਲਕੁਲ ਬਿਲਕੁਲ. ਇੱਕ ਅਸੀਂ ਮੈਂ ਬੋਲੀ ਹੈ, ਮੈਨੂੰ ਕਹਿੰਦੇ ਅਸਾ ਤਮਾਈਆ ਦਰਦ ਸਾਹਮਣੇ ਉੱਚਾ ਚਵਾਰਾ ਪਾਉਣਾ, ਅਸਾ ਤਮਾਈਆ ਦਰਦ ਸਾਹਮਣੇ ਉੱਚਾ ਚਵਾਰਾ ਪਾਉਣਾ, ਵੱਖਰੇ ਹੋ ਕੇ ਮਰਜ਼ੀ ਕਰਨੀ ਆਪਣਾ ਹੁਕਮ ਚਲਾਉਣਾ, ਬਈ ਰੱਖਣਾ ਤਾਂ ਤੇਰੀ ਮਰਜ਼ੀ, ਪੇਕੇ ਜਾ ਕੇ ਮੜਕ ਨਾਲੇ ਆਉਣਾ, ਬਈ ਰੱਖਣਾ ਤਾਂ ਤੇਰੀ ਮਰਜ਼ੀ, ਪੇਕੇ ਜਾ ਕੇ ਮੜਕ ਨਾਲੇ ਆਉਣਾ, ਜੇ ਰੱਖਣਾ ਤਾਂ ਤੇਰੀ ਮਰਜ਼ੀ, ਪੱਕਾ ਵੇਖ ਕੇ ਕੱਚਾ ਨਹੀਂ ਟੋਣਾ, ਜੇ ਰਹਿਣਾ ਆ ਤਾਂ ਤੇਰੀ ਮਰਜ਼ੀ, ਪੱਕਾ ਵੇਖ ਕੇ ਕੱਚਾ ਨਹੀਂ ਟੋਣਾ, ਜੇ ਰਹਿਣਾ ਆ ਤਾਂ ਤੇਰੀ ਮਰਜ਼ੀ, ਪੱਕਾ ਵੇਖ ਕੇ ਕੱਚਾ ਨਹੀਂ ਟੋਣਾ, ਜੇ ਰਹਿਣਾ ਆ ਤਾਂ ਤੇਰੀ ਮਰਜ਼ੀ. ਕਹਿੰਦੇ ਯਾਰੀ ਯਾਰੀ ਹਰ ਕੋਈ ਕਰਦਾ, ਯਾਰੀ ਯਾਰੀ ਹਰ ਕੋਈ ਕਰਦਾ, ਔਖੀ ਮੁਸ਼ਕਲ ਯਾਰੀ, ਦੇਖੋ ਚੰਦ ਸੂਰਜ ਦੀ ਯਾਰੀ, ਚੜ੍ਹਦੇ ਵਾਰੋ ਵਾਰੀ, ਯਾਰੀ ਦੇਖੋ ਹੀਰ ਰਾਂਝੇ ਦੀ, ਉੱਡੀ ਫਿਰੇ ਕੁਵਾਰੀ, ਅੱਜ ਦੇ ਜਮਾਨੇ ਦੀ ਚਾਰ ਦਿਨਾਂ ਦੀ ਯਾਰੀ, ਅੱਜ ਦੇ ਜਮਾਨੇ ਦੀ ਚਾਰ ਦਿਨਾਂ ਦੀ ਯਾਰੀ, ਅੱਜ ਦੇ ਜਮਾਨੇ ਦੀ ਚਾਰ ਦਿਨਾਂ ਦੀ ਯਾਰੀ, ਅੱਜ ਦੇ ਜਮਾਨੇ ਦੀ ਚਾਰ ਦਿਨਾਂ ਦੀ ਯਾਰੀ. ਜਿਹੜੀਆਂ ਬੋਲੀਆਂ ਨੇ ਨਾ, ਇੱਕ ਆਪਣਾ ਵੱਖਰਾ ਹੀ ਮਾਹੌਲ ਹੈ, ਵੱਖਰਾ ਮਾਹੌਲ ਹੈ, ਆਪਣਾ ਮਨ ਵੀ ਖੁਸ਼ ਹੁੰਦਾ ਜਿੱਦਾਂ, ਹਨਾ, ਘਰ ਬੈਠਾ ਬੰਦਾ ਭਾਵੇਂ ਵਿਹਲਾ ਹੀ ਹੋਵੇ, ਹਨਾ, ਪਰ ਮੈਨੂੰ ਲੱਗਦਾ ਹੈ ਵੀ ਇੱਥੇ ਜਿਹੜੀ ਰੌਣਕ ਹੈ ਨਾ ਉਹ ਜ਼ਿਆਦਾ ਹੈ, ਉਹ ਵੱਖਰੀ ਆ, ਵੱਖਰੀ ਆ, ਕਿਉਂਕਿ ਅਸੀਂ ਇੰਡੀਆ ਜਦੋਂ ਵਿਆਹ ਦੇਖਦੇ ਹਾਂ ਉੱਥੇ ਹੁਣ ਬੀਬੀ ਇੰਨਾ ਰੌਣਕ ਲਾ ਕਰਦੀਆਂ ਨੇ, ਹੁਣ ਤਾਂ ਬਸ ਡੀਜੇ ਲਾ ਲੈਂਦੇ ਆ, ਹਾਂਜੀ ਉਹੀ ਆ ਰਿਹਾ, ਬੋਲੀਆਂ ਦਾ ਬੜਾ ਮਾਹੌਲ ਰਿਹਾ ਘਟ ਗਿਆ. ਹਾਂਜੀ ਹੈਲੋ, ਹਾਂਜੀ ਹਾਂਜੀ, ਅਮਨ ਦੁਬਾਰਾ ਆ ਗਏ, ਹਾਂਜੀ ਜੀ, ਮੈਂ ਪਹਿਚਾਣ ਲਿਆ, ਕੀ ਸੁਣਾਓਗੇ ਹੁਣ? ਹੁਣ ਟੱਪੇ ਸੁਣਾ ਦਿੰਦੇ ਆ. ਹਾਂਜੀ ਸੁਣਾਓ. ਪਿੱਪਲੀ ਦੀਆਂ ਛਾਵਾਂ ਨੇ, ਪਿੱਪਲੀ ਦੀਆਂ ਛਾਵਾਂ ਨੇ, ਆਪੇ ਹੱਥੀਂ ਤੀਆਂ ਤੋਰ ਕੇ, ਮਾਪੇ ਕਰਨ ਦੁਆਵਾਂ ਨੇ, ਆਪੇ ਹੱਥੀਂ ਤੀਆਂ ਤੋਰ ਕੇ, ਮਾਪੇ ਕਰਨ ਦੁਆਵਾਂ ਨੇ, ਦਾਣੇ ਛੱਜ ਵਿੱਚ ਛੱਟ ਦੀਆਂ ਨੇ, ਦਾਣੇ
ਪਾਣੇ ਛਾਜੇ ਵਿੱਚ ਛੱਟ ਦੀਆਂ ਨੇ ਪੁੱਤਾਂ ਨਾਲੋਂ ਇਆਂ ਚੰਗੀਆਂ ਸੁੱਖ ਮਾਪਿਆਂ ਦੀ ਮੰਗਦੀਆਂ ਨੇ ਪੁੱਤਾਂ ਨਾਲੋਂ ਤੀਆਂ ਚੰਗੀਆਂ ਸੁੱਖ ਮਾਪਿਆਂ ਦੀ ਮੰਗਦੀਆਂ ਨੇ ਦੋ ਫੁੱਲ ਕੇ ਫੁੱਲ ਗਏ ਨੇ ਦੋ ਫੁੱਲ ਕੇ ਫੁੱਲ ਗਏ ਨੇ ਬਹੁਤਿਆਂ ਪਿਆਰਾਂ ਵਾਲਿਓ ਸਾਡੇ ਚੇਤੇ ਹੀ ਭੁੱਲ ਗਏ ਨੇ ਬਹੁਤਿਆਂ ਪਿਆਰਾਂ ਵਾਲਿਓ ਸਾਡੇ ਚੇਤੇ ਹੀ ਭੁੱਲ ਗਏ ਨੇ ਮੰਜੀ ਵਿਹੜੇ ਵਿੱਚ ਡਾਈ ਹੋਈ ਏ ਮੰਜੀ ਵਿਹੜੇ ਵਿੱਚ ਡਾਈ ਹੋਈ ਏ ਲੋਕੀ ਤੜੇ ਐਵੇਂ ਸਲਦੇ ਜੋੜੀ ਰੱਬ ਦੀ ਬਣਾਈ ਹੋਈ ਏ ਲੋਕੀ ਤੜੇ ਐਵੇਂ ਸਲਦੇ ਜੋੜੀ ਰੱਬ ਦੀ ਬਣਾਈ ਹੋਈ ਏ ਥੈਂਕ ਯੂ ਬਹੁਤ ਵਧੀਆ ਬਹੁਤ ਸੋਹਣਾ ਸੁਣਾਇਆ ਤੁਸੀਂ ਕਿਸੇ ਹੋਰ ਭੈਣ ਨੂੰ ਵੀ ਮੌਕਾ ਦਈਏ ਹੁਣ ਅਸੀਂ ਤਾਂ ਸਾਰਿਆਂ ਨੂੰ ਮੌਕਾ ਦਿੰਦੇ ਹਾਂ ਕਿ ਆਓ ਜੀ ਸਾਨੂੰ ਸੁਣਾਓ ਮਦਾਣੀਆਂ 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 ਆਇਓ ਮੇਰੇ ਡਾਡਿਆ ਰੱਬਾ ਕਿਨਾ ਜੰਮੀਆਂ ਕਿਨਾ ਨੇ ਲੈ ਜਾਣੀਆਂ ਆਇਓ ਮੇਰੇ ਡਾਡਿਆ ਰੱਬਾ ਕਿਨਾ ਜੰਮੀਆਂ ਕਿਨਾ ਨੇ ਲੈ ਜਾਣੀਆਂ ਲੋਈ 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 ਬਾਬਲ ਤੇਰੇ ਮਹਿਲਾਂ ਵਿੱਚੋਂ ਤੇਰੀ ਲਾਡੋ ਪਰਦੇਸਣ ਹੋਈ ਬਾਬਲ ਤੇਰੇ ਮਹਿਲਾਂ ਵਿੱਚੋਂ ਤੇਰੀ ਲਾਡੋ ਪਰਦੇਸਣ ਹੋਈ ਬਾਬਲ ਤੇਰੇ ਮਦਾਣੀਆਂ 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 ਨੀ ਪੇਕੇ ਦੋਵੇਂ ਭੈਣਾਂ ਨੱਚੀਏ ਸੋਹਰੇ ਨੱਚੀਏ ਦਰਾਣੀਆਂ ਜਠਾਣੀਆਂ ਨੀ ਪੇਕੇ ਦੋਵੇਂ ਭੈਣਾਂ ਨੱਚੀਏ ਸੋਹਰੇ ਨੱਚੀਏ ਦਰਾਣੀਆਂ ਜਠਾਣੀਆਂ ਜਦ ਮੁੰਡਿਆ ਮੈਂ ਆਵਾਂ ਜਾਵਾਂ ਜਦ ਮੁੰਡਿਆ ਮੈਂ ਆਵਾਂ ਜਾਵਾਂ ਤੂੰ ਕੱਢਦਾ ਸੀ ਗੇੜੇ ਦਰਸ਼ਨ ਦੇ ਮੁੰਡਿਆ ਜਿਉਂਦੀ ਆਸਰੇ ਤੇਰੇ ਦਰਸ਼ਨ ਦੇ ਮੁੰਡਿਆ ਜਿਉਂਦੀ ਆਸਰੇ ਤੇਰੇ ਦਰਸ਼ਨ ਦੇ ਮੁੰਡਿਆ ਜਿਉਂਦੀ ਆਸਰੇ ਤੇਰੇ ਕੋਰੇ ਕੋਰੇ ਕੁੱਜੇ ਵਿੱਚ ਦਹੀਂ ਮੈਂ ਜਮਾਨੀਆਂ ਕੋਰੇ ਕੋਰੇ ਕੁੱਜੇ ਵਿੱਚ ਦਹੀਂ ਮੈਂ ਜਮਾਨੀਆਂ ਤੜਕੇ ਉੱਠ ਕੇ ਰਿੜਕਾਂਗੇ ਛੜੇ ਆਉਣਗੇ ਲੱਸੀ ਨੂੰ ਛਿੜਕਾਂਗੇ ਛੜੇ ਆਉਣਗੇ ਲੱਸੀ ਨੂੰ ਛਿੜਕਾਂਗੇ ਛੜੇ ਆਉਣਗੇ ਲੱਸੀ ਨੂੰ ਛਿੜਕਾਂਗੇ ਨੀ ਮੈਂ ਤੈਨੂੰ ਲੈਣ ਆ ਗਿਆ ਨੀ ਮੈਂ ਤੈਨੂੰ ਲੈਣ ਆ ਗਿਆ ਤੂੰ ਵੜ ਬੈਠੀ ਖੂੰਜੇ ਨੀ ਕਿਹੜਾ ਮੇਰੇ ਭਾਂਡੇ ਮਾਂਜੂ ਬੱਲੇ 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 ਨੀ ਕਿਹੜਾ ਮੇਰੇ ਭਾਂਡੇ ਮਾਂਜੂ ਕੌਣ ਵੇੜੇ ਨੂੰ ਹੁੰਜੇ ਲੈ ਕੇ ਜਾਊਂਗਾ ਮੋਤੀ ਬਾਗ ਦੀਏ ਕੁੰਜੇ 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 ਲੈ ਕੇ ਜਾਊਂਗਾ ਫੀਤਾ ਫੀਤਾ ਸਕਿਆ ਵੀਰਾਂ ਨੇ ਡੋਲਾ ਤੱਕ ਕੇ ਅਗਾਂਹ ਨੂੰ ਕੀਤਾ ਸਕਿਆ ਵੀਰਾਂ ਨੇ ਡੋਲਾ ਤੱਕ ਕੇ ਅਗਾਂਹ ਨੂੰ ਕੀਤਾ ਸਕੀਆਂ ਭਾਬੀਆਂ ਨੇ ਡੋਲਾ ਤੋਰ ਕੇ ਕੱਚਾ ਦੁੱਧ ਪੀਤਾ ਹਾਇਓ ਮੇਰੇ ਡਾਡਿਆ ਰੱਬਾ ਸਕੀਆਂ ਭਾਬੀਆਂ ਨੇ ਡੋਲਾ ਤੋਰ ਕੇ ਕੱਚਾ ਦੁੱਧ ਪੀਤਾ ਕੋਰੇ ਕੋਰੇ ਸੋਨੇ ਦਾ ਮੈਂ ਟਿੱਕਾ ਕਢਵਾਉਣੀ ਆ ਕੋਰੇ ਕੋਰੇ ਸੋਨੇ ਦਾ ਮੈਂ ਟਿੱਕਾ ਕਢਵਾਉਣੀ ਆ ਵਿੱਚ ਪਵਾਉਣੀ ਚੀਰ ਬੀਬੀ ਨਣ ਦੇ
ਸਾਡੇ ਨਾ ਪਸੰਦ ਤੇਰਾ ਵੀਰ ਬੀਬੀ ਨਣ ਦੇ ਸਾਡੇ ਨਾ ਪਸੰਦ ਤੇਰਾ ਵੀਰ ਬੀਬੀ ਨਣ ਦੇ ਸਾਡੇ ਨਾ ਪਸੰਦ ਤੇਰਾ ਵੀਰ ਬੀਬੀ ਨਣ ਦੇ ਸਾਡੇ ਨਾ ਪਸੰਦ ਤੇਰਾ ਵੀਰ ਕਈ ਤਾਂ ਕੁੜੀਆਂ ਸੱਸਾਂ ਨੂੰ ਨਿੰਦਦੀਆਂ ਕਈ ਤਾਂ ਕੁੜੀਆਂ ਸੱਸਾਂ ਨੂੰ ਨਿੰਦਦੀਆਂ ਮੇਰੀ ਤਾਂ ਸੱਸ ਲੱਗੇ ਮਾਂ ਵਰਗੀ ਬੋੜਾ ਪਿੱਪਲਾਂ ਦੀ ਛਾਂ 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 ਵਰਗੀ ਸੁਣੀ ਕੁੜੀਏ ਨੱਚਣ ਵਾਲੀਏ ਸੁਣੀ ਕੁੜੀਏ ਨੱਚਣ ਵਾਲੀਏ ਨੱਚਦੇ ਨਾ ਸ਼ਰਮਾਈਏ ਨੀ ਹਾਣਦਿਆਂ ਨੂੰ ਹਾਣ ਪਿਆਰਾ ਹਾਣਦਿਆਂ ਨੂੰ ਹਾਣ ਪਿਆਰਾ ਹਾਣ ਬਿਨਾਣਾ ਲਾਈਏ ਨੀ ਅੱਗੇ ਮੈਨੂੰ ਲਿਖਿਆ ਨੀ ਨਹੀਂ ਮੈਂ ਲਿਖਿਆ ਨੀ ਮੈਂ ਭੁੱਲ ਗਈ ਭੁੱਲ ਕੋਈ ਨਾ ਕਈ ਵਾਰ ਏਦੀ ਹੋ ਜਾਂਦਾ ਹੋ ਨੀ ਤਾਲੀ ਬਿਨਾਣਾ ਸੱਜਦਾ ਗਿੱਧਾ ਤਾਲੀ ਖੂਬ ਵਜਾਈਏ ਨੀ ਕੁੜੀਏ ਹਾਣ ਦੀਏ ਖਿੱਚ ਕੇ ਬੋਲੀਆਂ ਪਾਈਏ ਨੀ ਕੁੜੀਏ ਹਾਣ ਦੀਏ ਖਿੱਚ ਕੇ ਬੋਲੀਆਂ ਪਾਈਏ ਨੀ ਕੁੜੀਏ ਹਾਣ ਦੀਏ ਖਿੱਚ ਕੇ ਬੋਲੀਆਂ ਪਾਈਏ ਨੀ ਕੁੜੀਏ ਹਾਣ ਦੀਏ ਕੜਾ ਵੱਜਦਾ ਕੜੋਲੀ ਵੱਜਦੀ ਕੜਾ ਵੱਜਦਾ ਕੜੋਲੀ ਵੱਜਦੀ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ 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 ਸੱਸ ਲੜਦੀ ਸਹੁਰਾ ਲੜਦਾ ਸੱਸ ਲੜਦੀ ਸਹੁਰਾ ਲੜਦਾ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ 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 ਘੜਾ ਵੱਜਦਾ ਕੜੋਲੀ ਵੱਜਦੀ ਘੜਾ ਵੱਜਦਾ ਕੜੋਲੀ ਵੱਜਦੀ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਜੇਠ ਲੜਦਾ ਜਠਾਣੀ ਲੜਦੀ ਜੇਠ ਲੜਦਾ ਜਠਾਣੀ ਲੜਦੀ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ 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 ਵਧੀਆ ਹੋ ਗਿਆ ਤੁਸੀਂ ਸ਼ੁਰੂ ਤੋਂ ਹੀ ਗਾਉਂਦੇ ਸੀਗੇ ਨਹੀਂ ਨਹੀਂ ਉਹਦੇ ਆਪਣੇ ਮੂੰਹ ਮਾ ਜਾਂ ਜਦੋਂ ਵਿਆਹਾਂ ਵਿਆਹਾਂ 'ਚ ਗਾਉਣ ਬਿਠਾਉਂਦੇ ਆ ਉੱਥੇ ਬਸ ਰੌਣਕ ਬਥੇਰੀ ਬੰਦੇ ਹੁਣ ਜਾਂ ਜਿੱਦਾਂ ਪਹਿਲਾਂ ਸਕੂਲਾਂ 'ਚ ਬਾਲ ਸਭਾ ਲੱਗਦੀਆਂ ਸੀ ਬੱਚਿਆਂ ਜਦੋਂ ਥੋੜ੍ਹਾ ਜਿਹਾ ਇੰਟੈਲੀਜੈਂਟ ਉਹਨਾਂ 'ਚ ਨਾ ਆ ਜਾਂਦਾ ਸੀ ਨਹੀਂ ਬਹੁਤ ਵਧੀਆ ਹਾਂਜੀ ਮੈਂ ਕਰਮਜੀਤ ਜੀ ਹੁਣਾਂ ਨਾਲ ਪ੍ਰੋਗਰਾਮ ਕੀਤੇ ਨਾ ਉਹਨਾਂ ਕੋਲ ਮੈਂ ਬਹੁਤ ਕੁਝ ਸਿੱਖਿਆ ਬਹੁਤ ਕੁਝ ਪਹਿਲਾਂ ਮੈਂ ਬੋਲੀਆਂ ਕੁਛ ਵੀ ਪਾਉਂਦੀ ਨਹੀਂ ਹੁੰਦੀ ਸੀ ਹਾਂ ਨਹੀਂ ਤੁਸੀਂ ਮੈਂ ਦੇਖਿਆ ਤੁਹਾਡੀ ਰਿਕਾਰਡਿੰਗ ਕਾਫੀ ਜਿਹਨਾਂ ਦਾ ਪ੍ਰੋਗਰਾਮ ਬੰਦ ਰਿਹਾ ਨਾ ਤੁਹਾਡੀ ਰਿਕਾਰਡਿੰਗ ਚੱਲਦੀ ਰਹੀ ਕਰਮਜੀਤ ਭੈਣ ਜੀ ਦੀ ਤਾਂ ਤੁਹਾਡੀ ਹੈ ਨਾ ਤੇ ਤੁਸੀਂ ਜਿੱਦਾਂ ਉਹਦਾ ਇੱਥੇ ਬਹਿੰਦੇ ਸੀ ਥੋੜੀ ਇੱਕ ਦੋ ਬੋਲੀਆਂ ਪਾਉਂਦੇ ਸੀ ਪਰ ਮੈਨੂੰ ਪਹਿਲਾਂ ਇੰਨਾ ਸੀਗਾ ਨਹੀਂ ਬੋਲੀਆਂ ਦਾ ਨਹੀਂ ਹੁਣ ਤਾਂ ਮੇਰੇ ਨਾਲ ਬਹੁਤ ਜੁੱਟ ਬਣਿਆ ਪਸੰਦ ਪਸੰਦ ਤਾਂ ਬਹੁਤ ਕਰਦੇ ਆ ਫਿਰ ਅਸੀਂ ਹੌਲੀ 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 ਸਾਰਾ ਕੁਛ ਚੇਂਜ ਕਰਨਾ ਸ਼ੁਰੂ ਕੀਤਾ ਹਾਂਜੀ ਤੇ ਹੁਣ ਜਿੱਦਾਂ ਹੁਣ ਤੁਸੀਂ ਆਏ ਪਹਿਲਾਂ ਮੇਰੇ ਨਾਲ ਇੱਕ ਪੂਨਮ ਜੀ ਹੁੰਦੇ ਸੀਗੇ ਉਹਨਾਂ ਨਾਲ ਬੜਾ ਵਧੀਆ ਰਿਹਾ ਮੇਰਾ ਸਾਥ ਜਿਹੜਾ ਸੀਗਾ ਨਹੀਂ ਉਹ ਇੱਥੇ ਨਹੀਂ ਆਏ ਜਿੱਦਾਂ ਉਹਨਾਂ ਮਤਲਬ ਰਿਕਾਰਡਿੰਗ ਨਹੀਂ ਦਿਖਾਈ ਹਾਂਜੀ ਉਹ ਤੁਸੀਂ ਨਹੀਂ ਦੇਖੇ ਹੋਣੇ ਉਹਨਾਂ ਨਾਲ ਮੈਂ ਕਾਫੀ ਟਾਈਮ ਉਹਨਾਂ ਨਾਲ ਵੀ ਕੀਤਾ ਇੱਕ ਪੂਨਮ ਜੀ ਉਹਦਾ ਗਾਣਾ ਸੁਣਾਉਂਦੇ ਹੁੰਦੇ ਕਈ ਚੈਨਲ ਤੇ ਜਿੱਦਾਂ ਆਪਣੇ ਘਰੋਂ ਹੀ ਮੇਰੀ ਜਗ੍ਹਾ ਤੇ ਦੋ ਜਾਣੇ ਆਏ ਮੈਨੂੰ ਉਹਨਾਂ ਦੇ ਨਾਮ ਨੀ ਪਤਾ ਪਰ ਜਿਹੜੇ ਪਹਿਲਾਂ ਆਏ ਸੀਗੇ ਆਈ ਥਿੰਕ ਉਹ ਟੀਚਰ ਸੀਗੇ ਦੋ ਤਾਂ ਸੀਗੀਆਂ ਲੇਡੀ ਜਿੱਦਾਂ ਉਹ ਮੇਰੇ ਖਿਆਲ ਵੈਸਟਰ ਵੀਜ਼ੇ ਵਾਲੀਆਂ ਹੋਣੀਆਂ ਆ ਹਾਂਜੀ ਕੁਛ ਏਦਾਂ ਹੀ ਸੀਗਾ ਤੇ ਉਹ ਉਹਨਾਂ ਦੇ ਉੱਤੇ ਵਿੱਚੋਂ ਮੈਨੂੰ ਇੱਕ ਬਹੁਤ ਵਧੀਆ ਲੱਗੀ ਇੱਕ ਦਾ ਹੀ ਸੁਣਿਆ ਸੀ ਹਜੇ ਦੂਜਿਆਂ ਦਾ ਮੈਂ ਸੁਣਿਆ ਨਹੀਂ ਤਾਂ ਉਹਨਾਂ ਨੇ ਨਾ ਜਿੱਦਾਂ ਐਨ ਪੂਰਾ
ਗੱਜ ਵੱਜ ਕੇ ਬੜਾ ਰੰਗ ਜਿਹਾ ਬੰਨਿਆ ਉਹਨਾਂ ਨੇ, ਮੈਨੂੰ ਬਹੁਤ ਵਧੀਆ ਲੱਗੇ, ਹਾਂਜੀ, ਪਰ ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਮੇਰੇ ਆਪ ਤੱਕ, ਉਹ ਚਲੇ ਗਏ, ਉਹ ਉਗਾਉਂਦੇ ਰਹੇ ਇੱਥੇ ਕਾਫੀ, ਹਾਂਜੀ ਹਾਂਜੀ, ਉਹਨਾਂ ਨੇ ਬਹੁਤ ਸੋਹਣਾ ਗਾਇਆ ਉਹਨਾਂ ਨੇ, ਨਹੀਂ ਵਧੀਆ ਗਾਉਂਦੇ ਸੀ, ਆਵਾਜ਼ ਜਿਹੜੀ ਸੀ ਨਾ ਸੋਹਣੀ ਸੀ, ਸੋਹਣੀ ਸੀ ਤੇ ਪਤਾ ਲੱਗਦਾ ਸੀ ਵੀ ਇੱਕ ਜਿੱਦਾਂ ਹੰਡੇ ਹੋਏ ਆ, ਹਾਂਜੀ ਉਦਾਂ ਸੀਗੇ, ਤੇ ਉਹਨਾਂ ਦਾ ਮੈਨੂੰ ਬਹੁਤ ਵਧੀਆ ਲੱਗਿਆ, ਹੋਪ ਕਿ ਜਦੋਂ ਵਾਪਸ ਆਣਗੇ ਕਰੀ ਜ਼ਰੂਰ, ਆਹੋ ਕਦੀ ਮੇਲੇ ਪੈਂਦਾ ਹੋਣਾ ਸੀ, ਬਿਲਕੁਲ ਟੀਵੀ ਤੇ ਦੇਖਦੇ ਸੀ, ਅੱਜ ਅਸੀਂ ਆਮੋ ਸਾਹਮਣੇ ਬੈਠੇ ਹਾਂ, ਪਹਿਲੀ ਵਾਰ ਅਸੀਂ ਇਕੱਠੇ ਹੋਏ ਹਾਂ, ਵਧੀਆ ਸਾਡਾ, ਹਾਂਜੀ, ਇਹ ਨਹੀਂ ਕਿ ਅਸੀਂ ਜਾਂ ਪਹਿਲੀ ਵਾਰ ਮਿਲੇ ਸੀ ਇੱਕ ਦੂਜੇ ਨਾਲ ਬੋਲਣਾ ਨਹੀਂ ਆ, ਨਹੀਂ ਅਸੀਂ ਤਾਂ ਸਮਾਂ ਵਧੀਆ, ਇੱਕੋ ਹੀ ਜ਼ਿਲ੍ਹਾ, ਇੱਕੋ ਹੀ ਸਾਰਾ ਕੁਛ, ਆਪਣੇ ਜਿੱਦਾਂ ਨਾ ਗੁਆਂਢ ਦੇਖ ਕੇ ਉਹ ਉਹ ਹੋਰ ਵੀ ਬੰਦੇ ਦਾ ਹੌਸਲਾ ਵੱਧ ਜਾਂਦਾ, ਹਾਂਜੀ, ਕਿ ਬੰਦਾ ਆਪਣੇ ਇਲਾਕੇ ਦਾ ਏਰੀਆ ਦਾ, ਹਾਂਜੀ, ਆਪਣੇ ਏਰੀਆ ਦਾ, ਤੇ ਪਰ ਜਿਹੜੇ ਕਰਮਜੀਤ ਜੀ ਆ ਉਹ ਰਲੇ ਮਿਲੇ ਆ, ਹਾਂਜੀ, ਉਹ ਤਾਂ ਗਰੇਵਾਲ ਸੀ, ਉਹ ਤਾਂ ਗਰੇਵਾਲ ਹੈ ਜੀ, ਉਹ ਤਾਂ ਲਾਈਕ ਉਹ ਟਮਾਟਰ ਆ, ਉਹ ਸਾਰਿਆਂ ਚ ਮਿਕਸ ਹੋ ਜਾਂਦੇ, ਬਹੁਤ ਸਾਲ ਹੋ ਗਏ ਇਕੱਠਿਆਂ ਨੂੰ, ਹਾਂਜੀ ਹਾਂਜੀ, ਅਸੀਂ ਇਕੱਠਿਆਂ ਕੰਮ ਕੀਤਾ, ਉਸ ਤੋਂ ਬਾਅਦ ਸਾਡੀ ਰਾਸ ਬਹੁਤ ਰਲਦੀ ਸੀ, ਲੋਕਾਂ ਨੇ ਸਾਨੂੰ ਬਾਹਰ ਵੀ ਕਹਿਣਾ ਤੁਸੀਂ ਮਾਵਾਂ ਧੀ, ਮਾਵਾਂ ਧੀ, ਹਾਂ ਮਾਵਾਂ ਧੀ ਹੀ ਆ, ਅਸੀਂ ਕਦੀ ਕਿਸੇ ਨੂੰ ਕਿਹਾ ਨਹੀਂ ਵੀ ਨਹੀਂ ਅਸੀਂ ਮਾਵਾਂ ਧੀ ਹੈਗੇ ਹਾਂ, ਹਾਂਜੀ ਹਾਂਜੀ, ਤੇ ਅਸੀਂ ਬਹੁਤ ਕਿਤੇ ਜਾਣਾ ਇਕੱਠਿਆਂ ਨੇ, ਫੋਨ ਕਰ ਦੇਣਾ ਅਮਨ ਚੱਲੀਏ ਮੈਡਮ ਚਲੋ, ਅਸੀਂ ਕਦੀ ਇਦਾਂ ਨਹੀਂ ਹੁੰਦਾ ਸੀ ਵੀ ਜਾਣਾ ਨਹੀਂ, ਤੁਹਾਨੂੰ ਕਿੰਨੀ ਦੇਰ ਹੋਈ ਆਇਆਂ ਨੂੰ ਇੱਥੇ? ਮੈਨੂੰ 10 ਸਾਲ ਹੋ ਗਏ, 10 ਸਾਲ ਹੋ ਗਏ, ਹਾਂਜੀ, ਕਾਫੀ ਟਾਈਮ ਹੋ ਗਿਆ, ਟਾਈਮ ਇੱਥੇ ਕੈਨੇਡਾ ਦੇ ਵਿੱਚ ਪਤਾ ਨਹੀਂ ਲੱਗਦਾ, ਇੱਥੇ ਟਾਈਮ ਦਾ ਵੀਕਐਂਡ ਵੀਕਡੇ ਸੀ ਬਿਲਕੁਲ, ਇੱਥੇ ਤਾਂ ਸਾਨੂੰ ਪਹਿਲਾਂ ਤਾਂ ਮੈਨੂੰ ਵੀਕਐਂਡ ਪਤਾ ਲੱਗਦੇ ਸੀ ਵੀ ਅੱਜ ਵੀਕਐਂਡ ਹੈ, ਹੁਣ ਜਦੋਂ ਦਾ ਮੈਂ ਕੰਮ ਚੇਂਜ ਕੀਤਾ ਹੁਣ ਨਹੀਂ ਪਤਾ ਲੱਗਦਾ, ਵੀਕਡੇਸ ਦੇ ਵਿੱਚ ਫਰਕ ਹੀ ਨਹੀਂ ਰਹਿ ਗਿਆ, ਫਰਕ ਹੀ ਨਹੀਂ ਰਹਿ ਗਿਆ, ਸਾਰੇ ਮੇਰੇ ਲਈ ਇੱਕੋ ਬਰਾਬਰ ਹੀ ਨੇ, ਕੋਈ ਫਰਕ ਨਹੀਂ ਹੈਗਾ ਵੀ ਜਾਂ ਵੀਕਐਂਡ ਆ ਗਿਆ ਜਾਂ ਛੁੱਟੀ ਹੈ ਜਾਂ ਕੀ ਹਿਸਾਬ ਦਾ, ਆਈ ਥਿੰਕ ਮੇਰੀ ਲਾਈਫ ਹੋਰ ਵੀ ਜ਼ਿਆਦਾ ਬਿਜ਼ੀ ਹੋ ਗਈ, ਹਾਂਜੀ, ਟਰੱਕਾਂ ਦਾ ਤਾਂ ਫਿਰ ਇੱਦਾਂ ਹੀ, ਹਾਂ ਉਹ ਹੋ ਜਾਂਦਾ, ਚਲੋ ਕੋਈ ਨਾ, ਕੰਮ ਹੈ ਇਹਦਾ, ਆ ਉਮਰ ਆ ਤੁਹਾਡੀ ਕੰਮ ਕਰਨ ਦੀ, ਹਨਾ, ਬਿਲਕੁਲ ਸਹੀ, ਮੈਂ ਵੀ ਇਹ ਸੋਚਦੀ, ਪਰ ਨਹੀਂ ਮੈਨੂੰ ਸ਼ੌਂਕ ਸੀਗਾ, ਮੈਂ ਹਸਬੈਂਡ ਨੂੰ ਬਹੁਤ ਟਾਈਮ ਦਾ ਕਹਿੰਦੀ ਸੀ ਵੀ ਮੈਂ ਚਲਾਉਣਾ, ਤੇ ਉਹ ਮੈਨੂੰ ਨਾ ਆਲਵੇਸ ਨੋ ਹੀ ਸੀਗੀ ਉਹਨਾਂ ਕੋਲ, ਕਦੀ ਹਾਂ ਉਹਨਾਂ ਨੇ ਦਿੱਤੀ ਨਹੀਂ ਮੈਨੂੰ, ਤੇ ਇੱਕ ਦਿਨ ਪਤਾ ਨਹੀਂ ਕੀ ਦਿਮਾਗ 'ਚ ਆਇਆ, ਕਹਿੰਦੇ ਤੂੰ ਸਿੱਖਣਾ, ਮੈਂ ਕਿਹਾ ਫਿਰ ਮੈਂ ਸਿੱਖਿਆ, ਹੁਣ ਜਾਂਦੀ ਬੜਾ ਵਧੀਆ ਰਹਿੰਦਾ, ਵਧੀਆ ਨਾਲੇ ਇੰਜੋਏ ਨਾਲੇ, ਬਿਲਕੁਲ ਸਹੀ ਆ, ਨਹੀਂ ਠੀਕ ਨਹੀਂ ਇੱਕ ਨੇ ਵੇਟ ਕਰੀ ਜਾਣੀ ਆ ਨਾ, ਹਾਂਜੀ, ਨਹੀਂ ਅਸੀਂ 24 ਆਵਰ ਹੁਣ ਇਕੱਠੇ ਹੁੰਦੇ, ਉਹੀ ਕਹਿੰਦੇ ਕੋਈ ਇਕੱਠੇ, ਹਾਂ ਕੋਈ ਗੱਲ ਨਹੀਂ, ਹਾਂਜੀ, ਤੇ ਵਧੀਆ ਲੱਗਦਾ, ਅੱਜ ਵੀ ਮੈਂ ਹਜੇ ਇੰਡੀਆ ਤੋਂ ਆਣ ਕਰਕੇ ਬੇਲੀ ਸੀ, ਮੈਨੂੰ ਕਹਿੰਦੇ ਵੀ ਆ ਜਾ, ਮੈਂ ਕਿਹਾ ਵੀ ਜੀ ਲਓ ਜੀ ਤੁਸੀਂ ਹੁਕਮ ਦਿੱਤਾ, ਮੈਂ ਆ ਗਏ, ਮੈਂ ਕਦੀ ਨਾ ਨਹੀਂ ਕਰਦੀ ਹੁੰਦੀ ਕਿ ਮੈਂ ਪ੍ਰੋਗਰਾਮ ਜਦੋਂ ਵੀ ਕਰਨ ਦਾ ਮੌਕਾ ਮਿਲੇ ਮੈਂ ਜ਼ਰੂਰ ਆਨੀ ਹੁੰਦੀ, ਇੱਕੋ ਤਾਂ ਦਿਨ ਹੁੰਦਾ ਉਦੋਂ, ਇੱਕ ਘੰਟਾ ਬਸ, ਹੈ ਨਾ, ਇੱਕ ਘੰਟਾ ਹੁੰਦਾ, ਪਰ ਫਿਰ ਵੀ ਹਨਾ ਘਰੋਂ ਨਿਕਲਣਾ ਹੁੰਦਾ, ਪਰ ਨਹੀਂ, ਪਰ ਜਦੋਂ ਆਪਣਾ ਦਿਲ ਲੱਗ ਜਾਂਦਾ ਨਾ, ਫਿਰ ਨਹੀਂ ਜੀ ਛੱਡਣ ਨੂੰ, ਫਿਰ ਨਹੀਂ ਛੱਡਣ ਨੂੰ ਜੀ ਕਰਦਾ, ਫਿਰ ਬੰਦਾ ਧੱਕੇ ਨਾਲ ਹੀ ਤਿਆਰ ਹੋ ਜਾਂਦਾ, ਜੇ ਨਹੀਂ ਵੀ ਹੈ ਫਿਰ ਵੀ ਨਹੀਂ ਵੀ ਚੱਲੀ ਆ ਜਾਂ ਜਾਣਾ ਹਾਂਜੀ, ਵੇਟ ਕਰਦੇ ਹੋਣੇ ਆ, ਤੇ ਮੈਂ ਸੋਚਦੀ ਸੀ ਹਜੇ ਮੈਂ ਕਿਹਾ ਇੱਥੇ ਸਾਰੀਆਂ ਬੀਬੀਆਂ ਹੁਣ ਐਨ ਵਧੀਆ ਮਿਲ ਗਈਆਂ ਤੇ ਆਪਾਂ ਜਾ ਕੇ ਹੁਣ ਇਕੱਠੀਆਂ ਕਰਾਂਗੇ ਸਾਰੇ, ਹਾਂਜੀ ਹਾਂਜੀ, ਮੇਰੇ ਆਉਣ ਤੋਂ ਪਹਿਲਾਂ ਬੀਬੀਆਂ ਚੱਲ ਗਈਆਂ, ਹਾਂਜੀ, ਉਹ ਮੇਰੇ ਖਿਆਲ 5.5 ਮਹੀਨੇ ਵਾਲੇ ਸੀਗੇ, ਹਾਂਜੀ ਹਾਂਜੀ, ਤੇ ਜਦੋਂ ਉਹ ਚਲੇ ਗਏ ਤੇ ਮੈਨੂੰ ਬਾਅਦ ਚ ਪਤਾ ਲੱਗਿਆ ਕਹਿੰਦੇ ਚਲੇ ਗਏ, ਤੇ ਕਰਮਜੀਤ ਜੀ ਵੀ ਹੁਣ ਚਲੇ ਗਏ, ਤੇ ਹੋਪ ਕਿ ਉਹਨਾਂ ਦਾ ਜਿਹੜਾ ਸਫ਼ਰ ਆ ਵਧੀਆ ਹੋਏ, ਵਧੀਆ, ਹਾਂਜੀ, ਆਪਣੇ ਬੇਟੇ ਦਾ ਵਿਆਹ ਕਰਨ, ਵਧੀਆ ਵਧੀਆ ਖੁਸ਼ੀ ਖੁਸ਼ੀ ਆਉਣ, ਬਿਲਕੁਲ ਜੀ ਬਿਲਕੁਲ, ਆਪਾਂ ਇੱਕ ਕਾਲ ਲੈ ਲਈਏ, ਲੈ ਲਓ, ਹੈਲੋ, ਸਤਿ ਸ਼੍ਰੀ ਅਕਾਲ, ਬੋਲੀ ਪਾਉਣੀ ਸੀ ਇੱਕ, ਹਾਂਜੀ ਜੀ, ਹਾਂਜੀ ਸੁਣਾਓ, ਹਾਂ ਸੁਣਾ ਦਿੰਦੀ ਹਾਂ, ਹਾਂਜੀ, ਆਵੇ ਨਾਜਰਾ ਜਾਵੇ ਨਾਜਰਾ ਬੋਤਾ ਬਨ ਦਰਵਾਜੇ, ਵੇ ਬੋਤੇ ਤੇਰੇ ਨੂੰ ਕਾਲਾ ਠੋਕਰਾ, ਤੈਨੂੰ ਦੋ ਪਰਸ਼ਾਦੇ ਨੇ ਮਹਿਠ ਕੱਤ ਦੀਦੀ, ਗੂੰਜ ਸੁਣੇ ਦਰਵਾਜੇ ਨੇ ਮਹਿਠ ਕੱਤ ਦੀਦੀ, ਗੂੰਜ ਸੁਣੇ ਦਰਵਾਜੇ ਨੇ ਮਹਿਠ ਕੱਤ ਦੀਦੀ, ਹੋਰ ਸੁਣਾ ਦੋ, ਹਰੀਆਂ ਕਪਾਹਾਂ ਉੱਤੇ ਤੋਤੇ ਮੌਜਾਂ ਮਾਣਦੇ, ਤੇਰਾ ਵੇਡ ਮਾਕ ਸਾਡੇ ਮਾਪੇ ਵੀ ਨਾ ਜਾਣਦੇ, ਤੇਰਾ ਵੇਡ ਮਾਕ ਸਾਡੇ ਮਾਪੇ ਵੀ ਨਾ ਜਾਣਦੇ, ਬੰਦ ਹੋ ਜਾਂਦਾ, ਤੁਸੀਂ ਉੱਧਰ ਟੀਵੀ ਵੱਲ ਨਾ ਧਿਆਨ ਦਿਓ, ਤੁਸੀਂ ਇੱਧਰ ਸੁਣਾਓ, ਅੱਛਾ ਹਾਂਜੀ, ਉੱਥੇ ਥੋੜਾ ਜਿਹਾ ਡਿਲੇ ਆਉਂਦਾ, ਲੇਟ ਆਉਂਦਾ ਆ, ਅੱਡੀ ਤੇ ਮੇਰੀ ਦਮ ਦਮ ਕਰਦੀ ਗੂਠੇ ਤੇ ਸਰਨਾਮਾ, ਬਈ ਲਿਖ ਲਿਖ ਚਿੱਠੀਆਂ ਡਾਕੇ ਪਾਵਾਂ, ਤੁਰਦਾ ਪਤਾ ਮਗਾਵਾਂ, ਉੱਠ ਗਈ ਵਰ ਮਾਨੂੰ ਕੀ ਖਾ ਕੇ ਮਰ ਜਾਵਾਂ, ਉੱਠ ਗਈ ਵਰ ਮਾਨੂੰ ਕੀ ਖਾ ਕੇ ਮਰ ਜਾਵਾਂ, ਉੱਠ ਗਈ ਵਰ ਮਾਨੂੰ
ਬਹੁਤ ਵਧੀਆ ਜੀ, ਬਹੁਤ ਵਧੀਆ। ਹੋਰ ਕੁਛ ਹੋਰ ਗੀਤ ਗਾ ਦਿੰਦੇ ਆ? ਗਾ ਦਿਓ, ਤੁਸੀਂ ਸਾਡੇ ਲਾਸਟ ਕਾਲਰ ਹੋ, ਤੁਸੀਂ ਗੀਤ ਸੁਣਾ ਦਿਓ। ਅੱਛਾ ਹਾਂਜੀ, ਆਓ ਲੱਗੀ ਆਇਆ ਜੀ। ਕੰਡਾ ਚੁਬਾ ਤੇਰੇ ਪੈਰ ਤਬਾਂਕੀਏ ਨਾਰੇ ਨੀਆ, ਕੌਣ ਕੱਢੂ ਤੇਰਾ ਕੰਡੜਾ ਮਟਿਆਰੇ ਨੀ, ਕੌਣ ਸਹੁ ਤੇਰੀ ਪੀੜ ਤਬਾਂਕੀਏ ਨਾਰੇ ਨੀ, ਖੂਹ ਤੇ ਪਾਣੀ ਪਰੇਂਦੀਏ ਮਟਿਆਰੇ ਨੀ, ਪਾਣੀ ਦਾ ਘੁੱਟ ਪਲਾ ਦੇ ਬਾਂਕੀਏ ਨਾਰੇ ਨੀਆ, ਮੈਂ ਨਾ ਪਲਾ ਮਾ ਪਾਣੀ ਆ ਲੈ ਲੱਜ ਤੜੋਲ, ਆਪੇ ਭਰ ਕੇ ਪੀਵੇ ਭੁੱਲਿਆ ਰਾਈਆ ਵੇ, ਸੜਕੇ ਸੜਕੇ ਜਾਂਦੀਏ ਮਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਤਾਂ ਬਾਂਕੀਏ ਨਾਰੇ ਨੀ। ਬਹੁਤ ਵਧੀਆ ਜੀ, ਬਹੁਤ ਸੋਹਣਾ ਸੁਣਾਇਆ ਤੁਸੀਂ, ਥੈਂਕ ਯੂ, ਥੈਂਕ ਯੂ ਸੋ ਮਚ। ਚੰਗਾ ਚੰਗਾ ਜੀ, ਸਤਿ ਸ਼੍ਰੀ ਅਕਾਲ, ਚੰਗਾ ਬਾਏ। ਬਿਲਕੁਲ ਬਹੁਤ ਵਧੀਆ ਗਾਇਆ, ਪਰ ਤੁਸੀਂ ਨੇ ਟੀਵੀ ਵੱਲ ਥੋੜਾ ਜਿਹਾ ਧਿਆਨ ਘੱਟ ਦੇਣਾ ਸੀ, ਕਿਉਂਕਿ ਤੁਹਾਡਾ ਧਿਆਨ ਉਧਰ ਜਾਣ ਕਰਕੇ ਤੁਹਾਡਾ ਇੱਧਰ ਥੋੜਾ ਜਿਹਾ ਟੁੱਟ ਜਾਂਦਾ ਸੀਗਾ, ਟੁੱਟ ਜਾਂਦਾ ਸੀਗਾ। ਹਾਂਜੀ, ਪਰ ਨਹੀਂ, ਤੁਸੀਂ ਬਹੁਤ ਸੋਹਣਾ ਗਾਇਆ, ਗੀਤ ਤਾਂ ਬਹੁਤ ਵਧੀਆ ਸੀ। ਹਾਂ, ਕਿਉਂਕਿ ਸਾਡਾ ਟਾਈਮ ਵੀ ਲਗਭਗ ਹੋ ਹੀ ਗਿਆ ਆ, ਬਸ ਅਸੀਂ ਥੋੜਾ ਟਾਈਮ 2-4 ਮਿੰਟ ਹੋਰ ਹੈਗੇ ਆ, ਤਦ ਤੱਕ ਅਸੀਂ ਕੋਈ ਗੱਲਬਾਤ ਸ਼ੇਅਰ ਕਰਨਾ ਚਾਹੁੰਦੇ ਹੋ ਤੁਸੀਂ ਆਪਣਾ ਐਕਸਪੀਰੀਅੰਸ ਇੱਥੋਂ ਦਾ? ਐਕਸਪੀਰੀਅੰਸ ਦਾ ਇੱਥੋਂ ਦਾ ਦੱਸ ਦਿਓ ਜੇ ਕੁਛ ਹੋਰ ਹੈਗਾ ਤਾਂ, ਵੀ ਮੈਨੂੰ ਤਾਂ ਇਹੀ ਪਤਾ ਵੀ ਮੈਂ 2 ਵਾਰ ਪਹਿਲਾਂ ਆਈ ਹਾਂ। ਅੱਛਾ ਜੀ, ਅੱਜ ਤੁਹਾਡਾ ਇਹਨੇ ਕਾਲ ਕੀਤੀ ਸੀਗੀ ਵੀ ਅਮਨ ਨੇ ਆਉਣਾ, ਆ ਜਾਓ, ਮੈਨੂੰ ਠੀਕ ਲੱਗਾ ਸੀ, ਮੈਂ ਕਿਹਾ ਮੈਂ ਉੱਦਾਂ ਤਾਂ ਦੇਖਿਆ ਅਮਨ ਨੂੰ, ਮੈਂ ਚਲ ਜਾਂਦੀ ਹਾਂ। ਠੀਕ ਹੈ, ਠੀਕ ਹੈ, ਤੁਹਾਡੇ ਨਾਲ ਮਿਲ ਕੇ ਵਧੀਆ, ਹੋਰ ਵੀ ਲੱਗਾ, ਸੁਭਾਅ ਚੰਗਾ ਆ, ਜਿੱਦਾਂ ਆਵਾਜ਼ ਵੀ ਠੀਕ ਇੱਕੋ ਜਿਹੀ ਰਲੇ ਮਿਲੇ ਲੱਗੇ ਆ। ਅਸੀਂ ਕੋਸ਼ਿਸ਼ ਕਰਦੇ ਵੀ ਅਸੀਂ ਇੱਦਾਂ ਦਿਲ ਆਪਣੇ ਸਰੋਤਿਆਂ ਦਾ, ਸਾਡੇ ਦੇਖਣ ਵਾਲਿਆਂ ਦਾ ਲਾਈਨ ਰੱਖੀਏ, ਜਿਹੜੇ ਸਾਡੇ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਨੇ। ਹਾਂਜੀ, ਨਾਲੇ ਇਹ ਪੁਰਾਣਾ ਵਿਰਸਾ ਆ, ਸਾਰੇ ਭੁੱਲਦੇ ਜਾਂਦੇ ਆ, ਸਾਰੇ ਭੁੱਲਦੇ ਜਾਂਦੇ ਆ। ਅਸੀਂ ਜਦੋਂ ਸ਼ੁਰੂ ਕੀਤਾ ਸੀਗਾ ਨਾ, ਉਸ ਤੋਂ ਬਾਅਦ ਅੱਜ ਤੱਕ ਇਹ ਲਗਾਤਾਰ ਚੱਲਦਾ ਹੀ ਆ, ਚਾਹੇ ਮੈਂ ਹੋਵਾਂ, ਚਾਹੇ ਕਰਨਜੀਤ ਜੀ ਹੋਣ, ਨਾ ਹੋਣ, ਪਰ ਅਸੀਂ ਕਦੀ ਇਹਨੂੰ ਮਿਸ ਨਹੀਂ ਕੀਤਾ। ਹਾਂਜੀ, ਮਿਸ ਨਹੀਂ ਕੀਤਾ, ਡਾਵਾਡੋਲ ਨਹੀਂ ਹੋਣ ਦਿੱਤਾ, ਕੋਸ਼ਿਸ਼ ਕੀਤੀ ਹੈ ਵੀ ਲਗਾਤਾਰ ਜਿਹੜਾ ਹੈ ਪ੍ਰੋਗਰਾਮ ਉਹ ਚੱਲਦਾ ਹੀ ਰਹੇ। ਹਾਂਜੀ, ਵਧੀਆ। ਤੁਸੀਂ ਕੋਈ ਗਾਣਾ ਸੁਣਾਓਗੇ ਹੁਣ, ਕਿਉਂਕਿ ਸਾਡੇ ਕੋਲ 4-5 ਮਿੰਟ ਹੈਗੇ, ਆਪਾਂ ਗਾਣਾ ਸੁਣ ਲਈਏ। ਸੁਣਾ ਦਿੰਦੀ ਹਾਂ। ਹਾਂਜੀ, ਨੀ ਇੱਕ ਮੇਰੀ ਅੱਖ ਕਾਸ਼ਨੀ, ਨੀ ਇੱਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਉਹ ਨੀਂਦਰੇ ਨੇ ਮਾਰਿਆ, ਇੱਕ ਮੇਰੀ ਅੱਖ ਕਾਸ਼ਨੀ, ਬਾਲ ਬਾਉਂਦੀ ਨੇ ਧਿਆਨ ਜਦੋਂ ਮਾਰਿਆ, ਸ਼ੀਸ਼ੇ ਨੂੰ ਤਰੇੜਿਆ ਗਈ, ਵਾਲ ਬਾਉਂਦੀ ਨੇ ਧਿਆਨ ਜਦੋਂ ਮਾਰਿਆ, ਸ਼ੀਸ਼ੇ ਨੂੰ ਤਰੇੜਿਆ ਗਈ, ਇੱਕ ਮੇਰੀ ਸੱਸ ਨੀ ਜਿਹੜੀ, ਇੱਕ ਮੇਰੀ ਸੱਸ ਨੀ ਜਿਹੜੀ, ਪੈੜੀ ਰੋਹੀ ਦੀ ਕਿੱਕਰ ਤੋਂ ਕਾਲੀ ਨੀ, ਗੱਲੇ ਕੱਥੇ ਮੇਰੇ ਮਾਪਿਆਂ ਨੂੰ, ਨੀ ਗੱਲੇ ਕੱਥੇ ਮੇਰੇ ਮਾਪਿਆਂ ਨੂੰ, ਨਿੱਤ ਦੇਵੇ ਨੀ ਉਹ ਗਾਲੀ, ਮੈਂ ਕਿਹੜਾ ਚੰਦਰੀ ਦਾ, ਹਾਏ ਨੀ ਮੈਂ ਕਿਹੜਾ ਚੰਦਰੀ ਦਾ, ਲਾਚੀਆਂ ਦਾ ਬਾਗ ਉਜਾੜਿਆ, ਇੱਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਉਹ ਨੀਂਦਰੇ ਨੇ ਮਾਰਿਆ, ਇੱਕ ਮੇਰੀ ਅੱਖ ਕਾਸ਼ਨੀ, ਸ਼ੀਸ਼ੇ ਨੂੰ ਤਰੇੜਿਆ ਗਈ, ਵਾਲ ਬਾਉਂਦੀ ਨੇ ਧਿਆਨ ਜਦੋਂ ਮਾਰਿਆ, ਸ਼ੀਸ਼ੇ ਨੂੰ ਤਰੇੜਿਆ ਗਈ, ਨੀ ਦੂਜਾ ਮੇਰਾ ਦਿਓਰ ਨਿਕੜਾ, ਨੀ ਦੂਜਾ ਮੇਰਾ ਦਿਓਰ ਨਿਕੜਾ, ਪੈੜਾ ਗੋਰੀਆਂ ਰੰਨਾਂ ਦਾ ਸ਼ੌਂਕੀ, ਨੀ ਨੇੜੇ ਹੋ, ਨੀ ਨੇੜੇ ਹੋ, ਨਿੱਤ ਬੈਠਦਾ ਡਾਕੇ ਰੰਗੀਲੀ ਚੌਂਕੀ, ਨੀ ਇਸ ਗੱਲ ਤੋਂ ਡਰਦੀ ਨੇ, ਇਸ ਗੱਲ ਤੋਂ ਡਰਦੀ ਨੇ, ਅੱਜ ਤੱਕ ਨਾ ਮੈਂ ਕੁੰਡ ਨੂੰ ਉਤਾਰਿਆ, ਇੱਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਅਨੀਂਦਰੇ ਨੇ ਮਾਰਿਆ, ਇੱਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਅਨੀਂਦਰੇ ਨੇ ਮਾਰਿਆ, ਸ਼ੀਸ਼ੇ ਨੂੰ ਤਰੇੜਿਆ ਗਈ, ਵਾਲ
ਵਾਉਂਦੀ ਨੇ ਧਿਆਨ ਜਦੋਂ ਮਾਰਿਆ ਸ਼ੀਸ਼ੇ ਨੂੰ ਤਰੇੜਿਆ ਗਈ। ਤੀਜਾ ਮੇਰਾ ਕੰਤ ਨੀ ਜਿਹੜਾ ਤੀਜਾ ਮੇਰਾ ਕੰਤ ਨੀ ਜਿਹੜਾ ਜਿਵੇਂ ਰਾਤ ਚਾਨਣੀ ਚ ਦੁੱਧ ਦਾ ਕਟੋਰਾ ਨੀ ਫਿੱਕੜੇ ਸੰਧੂਰੀ ਰੰਗ ਦਾ ਨੀ ਫਿੱਕੜੇ ਸੰਧੂਰੀ ਰੰਗ ਦਾ ਉਹਦੇ ਨੈਣਾ ਚ ਗੁਲਾਬੀ ਡੋਰਾ ਨੀ ਇੱਕੋ ਗੱਲ ਮਾੜੀ ਉਸਦੀ ਹਾਏ ਨੀ ਇੱਕੋ ਗੱਲ ਮਾੜੀ ਉਸਦੀ ਲਾਈ ਲੱਗ ਨੂੰ ਹੈ ਮਾਂ ਨੇ ਵਿਗਾੜਿਆ ਇੱਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਹ ਨੀਂਦਰੇ ਨੇ ਮਾਰਿਆ ਸ਼ੀਸ਼ੇ ਨੂੰ ਤਰੇੜਿਆ ਗਈ ਅਲਬੋਂਦੀ ਨੇ ਧਿਆਨ ਜਦੋਂ ਮਾਰਿਆ ਸ਼ੀਸ਼ੇ ਨੂੰ ਤਰੇੜਿਆ ਗਈ। ਓਕੇ ਜੀ, ਬਹੁਤ ਵਧੀਆ ਵਧੀਆ ਲੱਗਾ। ਅਸੀਂ ਅਗਲੇ ਹਫ਼ਤੇ ਫਿਰ ਮਿਲਾਂਗੇ ਅਤੇ ਹੁਣ ਸਾਨੂੰ ਪ੍ਰੋਗਰਾਮ ਜਿਹੜਾ ਆ ਖਤਮ ਕਰਨ ਦੀ ਇਜਾਜ਼ਤ ਦਿਓ। ਇਸੇ ਉਮੀਦ ਨਾਲ ਤੁਹਾਡੇ ਕੋਲ ਅਲਵਿਦਾ ਲਵਾਂਗੇ ਕਿ ਅਗਲੇ ਹਫ਼ਤੇ ਜਦ ਵੀ ਅਸੀਂ ਆਏ ਤੁਸੀਂ ਸਾਨੂੰ ਇੱਦਾਂ ਹੀ ਪਿਆਰ ਭਰਿਆ ਹੰਗਾਰਾ ਦਿਓਗੇ ਅਤੇ ਸਾਡਾ ਦਿਲ ਵੀ ਇੱਦਾਂ ਹੀ ਲੱਗਿਆ ਰਹੇਗਾ ਤੁਹਾਡਾ ਵੀ। ਇਸ ਦੇ ਲਈ ਮੈਨੂੰ ਤੇ ਸੁਰਿੰਦਰ ਜੀ ਨੂੰ ਹੁਣ ਦਿਓ ਇਜਾਜ਼ਤ ਤਾਂ ਕਿ ਅਸੀਂ ਅਗਲੇ ਹਫ਼ਤੇ ਫਿਰ ਵਾਪਸ ਆ ਸਕੀਏ। ਤਦ ਤੱਕ ਦੇ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।